ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪੰਜਾਬ ਮਿਲ ਯੂਐਸਏ ਟੀਵੀ ਮੈਂ ਹਾਂ ਸੰਜੀਵ ਯਸ਼ਕੰਨਾ ਮੇਰੇ ਨਾਲ ਨੇ ਜਤਿੰਦਰ ਖੈਰਾ ਤੁਹਾਡਾ ਸਾਰਿਆਂ ਦਾ ਸਵਾਗਤ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ ਸੋ ਖੈਰਾ ਸਾਹਿਬ ਸਭ ਤੋਂ ਪਹਿਲੀ ਅੱਪਾ ਖਬਰ ਲਵਾਂਗੇ ਜੋ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਸਿਚੁਏਸ਼ਨ ਹੈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਕਹਿ ਰਹੇ ਨੇ ਕਿ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਹਰ ਹਾਲ ਵਿੱਚ ਸੋਲਿਡ ਬਣਾਉਣਾ ਅਸੀਂ ਠੀਕ ਕਰਨਾ ਅਸੀਂ ਤੇ ਗੈਂਗਸਟਰਸ ਤੇ ਨਸ਼ਾ ਤਸਕਰਾਂ ਉਤੇ ਖਾਸ ਨਜ਼ਰ ਹੈ ਦੇ ਨਾਲ ਜੋ 15 ਅਗਸਤ ਆ ਰਿਹਾ ਹੈ ਉਹਨੂੰ ਲੈ ਕੇ ਤਾਂ ਪੂਖਤਾ ਇੰਤਜ਼ਾਮ ਕੀਤੇ ਜਾ ਰਹੇ ਅੱਛਾ ਗੌਰਵ ਯਾਦਵ ਉਹਨਾਂ ਦਾ ਇੱਕ ਵਰਕਿੰਗ ਸਟਾਈਲ ਮੈਨੂੰ ਬਹੁਤ ਚੰਗਾ ਲੱਗਾ ਪਰਸਨਲੀ ਕਿ ਕਿ ਅਜੇ ਤੱਕ ਜਿੰਨੇ ਵੀ ਡੀਜੀਪੀ ਹੋਏ ਨੇ ਜਿਹੜੋ ਜਿੰਨੇ ਸਾਡੀ ਸੁਰਤ ਵਿੱਚ ਹੋਏ ਨੇ ਸੋ far ਅਸੀਂ ਜਿਨ੍ਹਾਂ ਨੂੰ ਯਾਦ ਰੱਖਦੇ ਆ ਇਹਨੇ ਕਿ ਐਡਮਿਨਿਸਟ੍ਰੇਟਿਵ ਲੈਵਲ ਦੇ ਉੱਤੇ ਬੇਸਿਕ ਲੈਵਲ ਦੇ ਉੱਤੇ ਬਹੁਤ ਸੋਹਣਾ ਕੰਮ ਕਰ ਰਹੇ ਨੇ ਆ ਤੁਸੀਂ ਖਬਰਾਂ ਵੀ ਦੇਖਿਆ ਹੋਣਗੇ ਤਾਂ ਲਿਖਿਆ ਹੋਇਆ ਬਹੁਤਾਂ ਦੇ ਉੱਤੇ ਕਿ ਬੇਸਿਕ ਪੁਲਿਸਿੰਗ ਜਿਹੜੀ ਆ ਉਹ ਸਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰੋਫੈਸ਼ਨਲ ਪ੍ਰੋਫੈਸ਼ਨਲ ਪੁਲਿਸਿੰਗ ਪ੍ਰੋਫੈਸ਼ਨਲ ਪੁਲਿਸਿੰਗ ਹੈ ਨਹੀਂ ਬਹੁਤ ਘਾਟਾ ਬਹੁਤ ਜ਼ਿਆਦਾ ਘਾਟਾ ਸਾਡੇ ਪੰਜਾਬ ਦੇ ਪੁਲਸ ਵਾਲਿਆਂ ਦੇ ਵਿੱਚ ਬੇਸਿਕ ਤੇ ਪ੍ਰੋਫੈਸ਼ਨਲ ਪੁਲਿਸਿੰਗ ਦੀ ਜਦੋਂ ਅਸੀਂ ਪੁਲਿਸਿੰਗ ਦੀ ਗੱਲ ਕਰਦੇ ਆਂ ਤਾਂ ਪੁਲਿਸਿੰਗ ਮਤਲਬ ਹੁੰਦਾ ਸਪੋਰਟਿੰਗ ਯੂਨਿਟ ਸਪੋਰਟਿੰਗ ਯੂਨਿਟ ਪਰ ਇੱਥੇ ਸਾਨੂੰ ਉਲਟਾ ਹੀ ਹੁੰਦਾ ਆ ਆਪਾਂ ਪਹਿIERੀ ਗੱਲ ਕਰ ਚੁੱਕੇ ਆਂ ਪਰ ਉਸ ਗੱਲ ਦੇ ਉੱਤੇ ਅੱਜ ਆਪਣੀ ਗੱਲ ਕਰਾਂਗੇ ਗੱਲ ਸਿਰਫ ਇਸ ਤੇ ਕਰਾਂਗੇ ਕਿ ਗੌਰਵ ਯਾਦਵ ਹੋਣੀ ਕੀ ਕਰ ਰਹੇ ਨੇ ਗੌਰਵ ਯਾਦਵ ਨੇ ਕਿਹਾ ਵੀ ਇੱਕ ਸਟੇਸ਼ਨ ਦੇ ਅੰਦਰ ਜਿਹੜਾ ਇੱਕ ਸਟੇਸ਼ਨ ਦੇ ਵਿੱਚ ਇੱਕ ਮੇਨਟੇਨ ਸਟੇਸ਼ਨ ਦੇ ਅੰਦਰ ਬੰਦਾ ਹੋਣਾ ਬਹੁਤ ਜ਼ਰੂਰੀ ਗ ਤਾਜੋ ਜੇ ਤੁਹਾਡੇ ਕੋਲ ਕੋਈ ਫੋਨ ਕਾਲ ਆਉਂਦੀ ਹੈ ਤੇ ਉਹਨੂੰ ਚੱਕਣ ਦੇ ਲਈ ਬੰਦਾ ਹੋਵੇ ਬਹੁਤ ਸਾਰੇ ਸਟੇਸ਼ਨਸ ਦੇ ਵਿੱਚ ਇਦਾਂ ਬੀਟ ਏਰੀਆਸ ਹਾਂ ਇਦਾਂ ਵੀ ਕਰ ਰਿਹਾ ਕੰਮ ਬਹੁਤ ਸਾਰੇ ਜਿਹੜੇ ਨੇ ਉਹ ਕਹਿੰਦੇ ਵੀ ਕਈ ਸਟੇਸ਼ਨ ਇਦਾਂ ਦੇ ਨੇ ਜਿੱਥੇ ਅੰਦਰ ਹੁੰਦਾ ਹੀ ਨਹੀਂ ਮੁੰਚੀ ਵੀ ਬਾਹਰ ਬੈਠਾ ਹੁੰਦਾ ਤੇ ਉਹ ਕਈ ਵਾਰੀ ਸਾਰੀ ਟੀਮ ਲੈ ਕੇ ਉਹ ਰੌਂਡੀ ਤੇ ਚੱਲ ਜਾਂਦੇ ਆ ਉਹ ਕਹਿੰਦੇ ਵੀ ਅੰਦਰ ਕੋਈ ਹੋਵੇ ਜਿਹੜਾ ਬੰਦਾ ਫੋਨ ਤੇ ਚੱਕੇ ਏਟਲੀਸਟ ਜੇ ਕੋਈ ਕਰ ਰਿਹਾ ਉਥੇ ਉਹ ਯੂਨਿਟ ਦੇ ਅੰਦਰ ਫੋਨ ਪਤਾ ਤਾਂ ਲੱਗੇ ਕਿ ਹੋਣ ਕੀ ਰਿਹਾ ਹੈ ਜਾਂ ਕੋਈ ਕਿਸੇ ਨੂੰ ਸ਼ਿਕਾਇਤ ਕਰਨੀ ਹੋ ਤਾਂ ਤੁਹਾਨੂੰ ਕਿਵੇਂ ਪਤਾ ਲੱਗੂਗਾ ਦੂਸਰੀ ਗੱਲ ਵੱਡੇ ਕੇਸ ਹੁੰਦੇ ਨੇ ਜਿਵੇਂ ਕ੍ਰਾਈਮ ਸਸਪੈਕਟਸ ਹੋ ਕੇ ਵੱਡੇ ਉਹ ਐਸਐਚਓ ਕਰੇ ਸਟੇਸ਼ਨ ਆ ਜਿਹੜਾ ਆ ਜਿਹੜਾ ਹੈੱਡ ਆਫ ਦਾ ਸਟੇਸ਼ਨ ਹੈ ਉਹ ਕਰੇ ਹੁਣ ਸਾਡੇ ਇਥੇ ਬਹੁਤ ਪੰਗਾ ਆ ਸਾਡੇ ਜਾਂ ਤਾਂ ਫਿਰ ਐਸਐਚਓ ਕਰਦਾ ਹੀ ਨਹੀਂ ਕੁਛ ਕੋਈ ਤੇ ਜਾਂ ਫੇ ਬਹੁਤ ਹੀ ਕੁਛ ਕਰੀ ਜਾਂਦਾ ਸੋ ਇਹ ਤਰੀਕਾ ਆ ਬਹੁਤ ਹੀ ਕੁਛ ਕਰੀ ਜਾਂਦਾ ਨਹੀਂ ਸਹੀ ਗੱਲ ਆ ਉਹ ਗੈਰਿਤੇ ਹੁੰਦਾ ਵੀ ਨਹੀਂ ਉਥੇ ਦਾ ਐਮਐਲਏ ਜਾਂ ਉਥੇ ਦਾ ਕੋਈ ਪ੍ਰਧਾਨ ਹੁੰਦਾ ਉਹਦੇ ਨਾਲ ਹੀ ਲੱਗਾ ਰਹਿੰਦਾ ਫਲਾਨਾ ਟਮਕਾਨਾ ਸ਼ਮਕਾਨਾ ਇਹ ਕਿਤੇ ਨਾ ਕਿਤੇ ਬੈਲੈਂਸ ਕਰਨਾ ਜਿਹੜਾ ਨਾ ਬਹੁਤ ਜ਼ਰੂਰੀ ਆ ਬਿਲਕੁਲ ਠੀਕ ਗੱਲ ਹੈ ਆਪਾਂ ਇੱਕ ਸ਼ਬਦ ਦੇ ਵਿੱਚ ਸਭ ਕੁਝ ਸਮੇਟ ਸਕਦੇ ਹਾਂ ਕਿ professionl way of working ਬਿਲਕੁਲ ਘਾਟ ਆ ਨਹੀਂ ਜੇ ਹੁਣ ਇੱਕ ਸ਼ਬਦ ਦੇ ਅੰਦਰ ਨਵੇੜ ਦਈਏ ਤਾਂ ਫਿਰ ਜਿਹੜਾ ਅਸੀਂ ਪ੍ਰੋਗਰਾਮ ਦਾ ਡਿਊਰੇਸ਼ਨ ਆ ਉਹ ਵੀ ਤਾਂ ਪੂਰਾ ਕਰਨਾ ਨਹੀਂ ਉਹ ਤਾਂ ਪਰਦਾ ਪੂਰਾ ਕਰਨਾ ਹੈ ਮੈਂ ਇਹ ਕਹਿ ਰਿਹਾ ਕਿ professionl ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਯਾਦਵ ਸਾਹਿਬ ਜਿੱਦਾਂ ਬੀਟ ਏਰੀਆ ਦੇਣਾ ਕਿਉਂਕਿ ਉਹ ਕਹਿੰਦੇ ਨੇ ਕਿ ਮੈਂ ਪਹਿਲਾਂ ਵੀ ਇਸ ਐਕਸ਼ਨ ਮੋਡ ਦੇ ਵਿੱਚ ਕੰਮ ਕਰ ਚੁੱਕਾ ਕਿ ਬੀਟ ਏਰੀਆਸ ਦੇ ਕੇ ਉਨਾਲ ਜੋ ਇੱਕ ਕਾਰਗੁਜ਼ਾਰੀ ਵਧੀਆ ਹੁੰਦੀ ਹੈ ਕਿਉਂਕਿ ਹਰੇਕ ਨੂੰ ਪਤਾ ਹੁੰਦਾ ਕਿ ਮੈਂ ਕਿਹੜੇ ਇਲਾਕੇ ਵਾਸਤੇ ਜ਼ਿੰਮੇਵਾਰ ਹਾਂ ਜ਼ਿੰਮੇਵ ਸੇਮ ਰਿਸਪੌਂਸਿਬਿਲਟੀ ਕਿੱਥੇ ਆ ਉਹਨੂੰ ਆਪਣੀ ਰਿਸਪੌਂਸਿਬਿਲਟੀ ਪੂਰੀ ਕਰਨੀ ਚਾਹੀਦੀ ਹੈ ਪ੍ਰੋਫੈਸ਼ਨਲਿਜ਼ਮ ਹੈ ਹੀ ਆ ਜੇ ਤੁਹਾਡਾ ਫਰੇਮ ਤੈਅ ਕਰ ਦਿੱਤਾ ਗਿਆ ਕਿ ਤੁਹਾਡੇ ਵਾਸਤੇ ਇੰਨਾ ਕੰਮ ਆ ਉਸ ਕੰਮ ਨੂੰ ਤੁਸੀਂ ਪਰਫੈਕਟਲੀ ਕਰਨ ਦੀ ਕੋਸ਼ਿਸ਼ ਕਰੋ ਹਰ ਕੰਮ ਦੇ ਵਿੱਚ ਲਤਰ ਨਹੀਂ ਘੜਾਉਣੇ ਕਿ ਉੱਥੇ ਕੀ ਹੋ ਰਿਹਾ ਉੱਥੇ ਕੀ ਹੋ ਰਿਹਾ ਤੁਸੀਂ ਆਪਣਾ ਦੇਖੋ ਔਰ ਮੈਨੂੰ ਪੂਰੀ ਰਿਪੋਰਟ ਕਰੋ ਤੁਹਾਡੇ ਏਰੀਆ 'ਚ ਕੀ ਹੋਇਆ ਦੈਟਸ ਆਲ ਔਰ ਇਹ ਜਿਹੜੀ ਪ੍ਰੋਫੈਸ਼ਨਲ ਚੀਜ਼ਾਂ ਨੇ ਨਾ ਇਹ ਬਹੁਤ ਜ਼ਿਆਦਾ ਜ਼ਰੂਰੀ ਨੇ ਹਰ ਬੰਦੇ ਦੇ ਵਿੱਚ ਆਉਣੀਆਂ ਕਿਤੇ ਵੀ ਕੰਮ ਕਰਦਾ ਹੋਵੇ ਪੁਲਿਸਿੰਗ ਨੂੰ ਪ੍ਰੋਫੈਸ਼ਨਲ ਕਰਨਾ ਬਹੁਤ ਵਧੀਆ ਹੈ ਔਰ ਇਹਦੇ ਨਾਲ ਨਾ ਜਿਹੜੀ ਆਪਾਂ ਅਕਸਰ ਗੱਲ ਕਰਦੇ ਆ ਬਿਹੇਵੀਅਰ ਹਮ ਆਪਣੇ ਆਪ ਠੀਕ ਹੋ ਜਾਂਦਾ ਕਿਉਂਕਿ ਜਦੋਂ ਤੁਸੀਂ ਪ੍ਰੋਫੈਸ਼ਨਲ ਹੋ ਜਾਂਦੇ ਆ ਨਾ ਤੁਹਾਡਾ ਮਾਈਂਡ ਸੈਟ ਐਦਾਂ ਦਾ ਹੋ ਜਾਂਦਾ ਕਿ ਤੁਸੀਂ ਕਿਸੇ ਨਾਲ ਮਿਸ ਬਿਹੇਵ ਨਹੀਂ ਕਰਦੇ ਤੁਹਾਡਾ ਸਾਰਾ ਧਿਆਨ ਆਪਣੇ ਕੰਮ ਦੇ ਉੱਤੇ ਹੁੰਦਾ ਸੋ ਜੋ ਨਵੀਂ ਜਨਰੇਸ਼ਨ ਆ ਰਹੀ ਹੈ ਪੁਲਿਸ ਦੇ ਵਿੱਚ ਉਹਦਾ ਖੈਰ ਬਿਹੇਵੀਅਰ ਨੂੰ ਲੈ ਕੇ ਬਹੁਤ ਹੀ ਸੰਜੀਦਾ ਔਰ ਟ੍ਰੇਨਿੰਗ ਦਾ ਵੀ ਹਿੱਸਾ ਹੋਣਾ ਚਾਹੀਦਾ ਕਿ ਬਿਹੇਵੀਅਰ ਕੀ ਹੋਣਾ ਚਾਹੀਦਾ ਪਬਲਿਕ ਦੇ ਨਾਲ ਕਿਉਂਕਿ ਪੁਲਿਸ ਨੂੰ ਅਸੀਂ ਆਪਣਾ ਦੋਸਤ ਸਮਝੀਏ ਡਰੀਏ ਪੁਲਿਸ ਤੋਂ ਦਾਰ ਜਿਹੜਾ ਲੱਗਦਾ ਨਾ ਹੂਆ ਉਹ ਨਹੀਂ ਹੋਣਾ ਚਾਹੀਦਾ ਸਾਡਾ ਫਰੈਂਡ ਆ ਔਰ ਸਾਡੀ ਮਦਦ ਕਰਨ ਵਾਸਤੇ ਹੀ ਪੁਲਿਸ ਹੈਗੀ ਆ ਔਰ ਸਾਨੂੰ ਪੂਰੀ ਮਦਦ ਮਿਲ ਨਹੀਂ ਆ ਔਰ ਦੂਜੇ ਇੱਕ ਅਸਪੈਕਟ ਇਹ ਹੁੰਦਾ ਜਦੋਂ ਆਪਾਂ ਪ੍ਰੋਫੈਸ਼ਨਲ ਵੇ ਆਫ ਪੁਲਿਸਿੰਗ ਲੈਨੇ ਆ ਜਿਹੜੇ ਨਾਗਰਿਕ ਨੇ ਉਹ ਵੀ ਕਾਨੂੰਨ ਦੇ ਮੁਤਾਬਿਕ ਕਿਤਨਾ ਕਿਤੇ ਪੁਲਿਸ ਹੀ ਹੁੰਦੇ ਨੇ ਜਿੱਤੇ ਪੁਲਿਸ ਵਾਲਾ ਕੋਈ ਗਲਤੀ ਕਰੇ ਉੱਤੇ ਨਾਗਰਿਕ ਉਹਨਾਂ ਨੂੰ ਟੋਕ ਸਕਦਾ ਕਹਿ ਸਕਦਾ ਕਿ ਸਰ ਇਹ ਗਲਤੀ ਆ ਇਹ ਤੁਹਾਡੀ ਗਲਤੀ ਆ ਕਿਉਂਕਿ ਨਾਗਰਿਕ ਹੋਣ ਦੇ ਨਾਤੇ ਕਾਨੂੰਨ ਮਨ ਅਧਿਕਾਰ ਦਿੰਦਾ ਮੈਂ ਵੀ ਪੁਲਿਸ ਆ ਇੱਕ ਤਰ੍ਹਾਂ ਦਾ ਅੱਛਾ ਫਿਰ ਤੁਹਾਨੂੰ ਜ਼ਿਆਦਾ ਪਤਾ ਹੀ ਕੋਲ ਸੜਾਂ ਦੇ ਇਹ ਇਸ ਵਾਰੋਂ ਤਮੜ ਕੇ ਵੀ ਕਹ ਕਾ ਤੈਨੂੰ ਜ਼ਿਆਦਾ ਪਤਾ ਹੀ ਇਹੀ ਇਸੇ ਚੀਜ਼ ਨੂੰ ਸੁਧਾਰਨਾ ਗੌਰਵ ਯਾਦਵ ਕਰ ਰਹੇ ਨੇ ਪ੍ਰੋਫੈਸ਼ਨਲ ਵੇ ਤੈਨੂੰ ਜ਼ਿਆਦਾ ਪਤਾ ਇਸ ਜ਼ਿਆਦਾ ਪਤਾ ਨੂੰ ਬਿਲਕੁਲ ਜ਼ਿਆਦਾ ਪਤਾ ਹੈ ਸਭ ਤੋਂ ਜ਼ਿਆਦਾ ਪਤਾ ਹੈ ਸਿਰਫ ਇੰਨਾ ਹੀ ਹੈ ਕਿ ਗੱਲ ਇੰਨੀ ਹੈ ਕਿ ਪੁਲਿਸ ਦੇ ਨਾਲ ਨਾਗਰਿਕਾਂ ਨੇ ਮਿਲ ਕੇ ਨਾਗਰਿਕਾਂ ਦੇ ਨਾਲ ਪੁਲਿਸ ਨੇ ਮਿਲ ਕੇ ਕਾਨੂੰਨ ਵਿਵਸਥਾ ਨੂੰ ਸਟਰੋਂਗ ਕਰਨਾ ਜਿਹੜੇ ਗੌਰਵ ਯਾਦਵ ਕਹਿ ਰਹੇ ਨੇ ਇਹੀ ਪ੍ਰੋਫੈਸ਼ਨਲ ਵੇ ਆਫ ਪੁਲਿਸਿੰਗ ਹੋ ਸਕਦਾ ਹੈ ਬੜਾ ਸੁਪਨਾ ਜਿਹਾ ਲੱਗਦਾ ਹੈ ਨਾ ਪੰਜਾਬ ਦੇ ਅੰਦਰ ਜਿੱਥੇ ਡੰਡੇ ਖੜਕਦੇ ਹੁਣ ਪੁਲਿਸ ਦੇ ਤੂੰ ਤੂੰ ਮੈਂ ਮੈਂ ਕਰਕੇ ਗੱਲ ਕਰਦੇ ਹੁਣ ਔਰ ਕਈ ਵਾਰ ਬੜੇ ਸੋਹਣੇ ਲਫ਼ਜ਼ਾਂ ਨਾਲ ਨਵਾਜ਼ਦੇ ਨੇ ਨਾਗਰਿਕਾਂ ਨੂੰ ਕਈ ਵਾਰ ਹੱਥ ਵੀ ਖੁੱਲਾ ਛੱਡ ਦਿੰਦੇ ਨੇ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਬੜਾ ਅਜੀਬ ਲੱਗਦਾ ਅਲੱਗ ਜਿਹਾ ਲੱਗਦਾ ਵਾਕਈ ਸੁਪਨਾ ਹੀ ਲੱਗਦਾ ਚਲੋ ਸੁਪਨਾ ਸੱਚ ਹੋ ਜAVE ਤਾਂ ਫਿਰ ਇਹਦੇ ਨਾਲ ਦੀ ਰੀਸ ਨਹੀਂ ਕੋਈ ਅੱਗੇ ਵਧਿਆ ਫਿਰ ਅੱਗੇ ਕੀ ਆ ਅੱਗੇ ਵਧਿਆ ਜੀ ਕਿ ਜਿਹੜਾ ਆਪਾਂ ਜਾਣਦੇ ਫਗਵਾੜਾ ਦੇ ਵਿੱਚ ਧਰਨਾ ਚੱਲਦਾ ਪਿਆ ਹੈ ਖੰਡ ਮਿਲਾਂ ਦੇ ਬਾਹਰ ਕਿਸਾਨਾਂ ਦਾ ਕਿਉਂਕਿ ਪੁਰਾਣੇ ਬਕਾ ਉਹ ਹਜੇ ਤੱਕ ਕਲੀਅਰ ਨਹੀਂ ਹੋਇਆ ਗਵਰਨਮੈਂਟ ਦੇ ਉੱਤੇ ਵੀ ਇਲਜ਼ਾਮ ਆ ਰਿਹਾ ਏ ਕਿ ਤੁਸੀਂ ਹਜੇ ਤੱਕ ਦਿੱਤਾ ਨਹੀਂ ਇਸ ਕਰਕੇ ਤਾਂ ਉਹ ਧਰਨਾ ਜੋ ਚੱਲਦਾ ਪਿਆ ਤਾਂ ਰਖੜੀ ਦੇ ਤਿਉਹਾਰ ਨੂੰ ਦੇਖਦੇ ਹੋਏ ਇੱਕ ਦਿਨ ਵਾਸਤੇ ਖੁੱਲ੍ਹ ਦਿੱਤੀ ਕਿਸਾਨਾਂ ਨੇ ਕਿ ਸਾਡਾ ਪਾਈਚਾਰਾ ਹੈ ਪੈਣਾ ਭਰਾਵਾਂ ਨੂੰ ਰਖੜੀਆਂ ਬੰਦੀਆਂ ਨਹੀਂ ਸਾਡਾ ਤਿਉਹਾਰ ਹੈ ਇਸ ਕਰਕੇ ਲੋਕਾਂ ਨੂੰ ਕੋਈ ਮੁਸ਼ਕਲ ਨਾ ਹੋਵੇ ਇੱਕ ਦਿਨ ਵਾਸਤੇ ਰਾਹ ਖੁੱਲੇ ਛੱਡ ਦਿੱਤੇ ਅੱਛਾ ਬਹੁਤ ਸੋਹਣਾ ਫੈਸਲਾ ਵੈਸੇ ਤਾਂ ਦੇਖੋ ਧਰਨਾ ਲਾਉਣ ਦਾ ਕਿਸੇ ਦਾ ਦਿਲ ਨਹੀਂ ਕਰਦਾ ਪਿਛਲੇ ਕਈ ਸਾਲਾਂ ਤੋਂ ਅਸੀਂ ਦੇਖਿਆ ਪਰ ਸਾਡਾ ਦੇਸ਼ ਇਦਾਂ ਦਾ ਹੋ ਗਿਆ ਧਰਨਿਆਂ ਦਾ ਐਜੀਟੇਸ਼ਨਸ ਦਾ ਕਿਉਂਕਿ ਸੁਣਵਾਈ ਨਹੀਂ ਉਦਾਂ ਹੁੰਦੀ ਅੰਦੋਲਨ ਹਾਂ ਅੰਦੋਲਨ ਦਾ ਅੰਦੋਲਨ ਰਾਜ ਹੋ ਗਿਆ ਪਿੱਛੇ ਚ ਟਰਮਸ ਵੀ ਆਏ ਸੀ ਅੰਦੋਲਨ ਜੀ ਵੀ ਤੇ ਮੈਨੂੰ ਲੱਗਦਾ ਅੰਦੋਲਨ ਜੀ ਵੀ ਬਣਨਾ ਪੈ ਰਿਹਾ ਨਾ ਕਿ ਕਿਉਂਕਿ ਦੇਖੋ ਬਹੁਤ ਔਖਾ ਆ ਕੋਈ ਨਹੀਂ ਚਾਹੁੰਦਾ ਕਿ ਆਪਣੇ ਘਰਾਂ ਤੋਂ ਨਿਕਲ ਕੇ ਉਹ ਸੜਕਾਂ ਤੇ ਸਾਰੀ-ਸਾਰੀ ਦਿਹਾੜੀ ਸੌਂਦਾ ਰਹੇ ਸਰ ਕੋਈ ਚਾਹੁੰਦਾ ਕਿ ਉਹਦੇ ਵੀ ਮਖਮਲ ਵਰਗਾ ਬਿਸਤਰ ਹੋਵੇ ਉਹ ਵੀ ਸਵੇਰ ਨੂੰ ਮੋਦੀ ਸਾਹਿਬ ਨੂੰ ਆਪਣੇ ਉਹ ਗਾਰਡਨ ਦੇ ਵਿੱਚ ਨੰਗੇ ਪੈਰੀ ਟਹਿਲਦਾ ਫਿਰ ਉਹ ਕਦੀ ਕਿਸੇ ਪੱਥਰ ਦੇ ਲਾਤ ਰੱਖ ਕੇ ਸਟ੍ਰੈਚਿੰਗ ਕਰ ਲਵੇ ਤੇ ਕਦੀ ਕਿਸੇ ਪੱਥਰ ਤੇ ਜਿਹੜੇ ਮੰਗਵਾਏ ਹੋਏ ਐ ਸਪੈਸ਼ਲੀ ਉੱਥੇ ਉਹ ਪੱਥਰ ਹਿਮਾਚਲ ਚ ਤਰਹਿੰਦੇ ਨਹੀਂ ਦਿੱਲੀ ਮੰਗਵਾ ਕੇ ਰੱਖੇ ਹੋਣੇ ਆ ਅਸੀਂ ਪੀਐਮ ਆਫਿਸ ਪੀਐਮ ਹਾਊਸ ਵੀ ਆਪਣਾ ਪੂਰਾ ਉਹਨਾਂ ਨੇ ਬਣਾਇਆ ਹੋਇਆ ਸੈਟਅਪ ਰੱਖਿਆ ਸੈਟਅਪ ਰੱਖਿਆ ਹੋਇਆ ਉਹ ਵੀ ਮੋਰਾਂ ਦੇ ਨਾਲ ਦੇਖੇ ਮੋਰ ਕੀਚੋਲ ਮੋਲ ਕਰਦੇ ਆ ਹਨਾ ਵੱਖਰੇ ਵੱਖਰੇ ਬਨਸਪਤ ਲਗਾਵੇ ਆਪਣੇ ਗਾਰਡਨ ਦੇ ਵਿੱਚ ਉਹਨਾਂ ਦੇ ਨਾਲ ਗੱਲਾਂ ਕਰੇ ਸਵੇਰੇ ਦੁਪਹਿਰ ਜਿਹੜੀ ਮਾਰਨਿੰਗ ਬ੍ਰੇਕਫਾਸਟ ਹੈ ਉਹ ਚਾਹ ਉੱਥੇ ਪੀ ਲਵੇ ਜਿੱਥੇ ਫੁੱਲ ਲਾਏ ਚਾਰ ਐਦਾਂ ਥੋੜੀ ਵੀ ਰੋਡ ਤੇ ਪੀ ਲਵੇ ਸਵੇਰੇ ਉੱਥੇ ਰੋਡ ਤੇ ਜੰਗਲ ਪਾਣੀ ਨੇ ਲੱਭੇ ਵੀ ਕਿਹੜਾ ਸਥਾਨ ਜਾਣਾ ਆ ਫਿਰ ਲੰਗਰ ਪਾਣੀ ਆ ਬਣਾਵੇ ਬੀਬੀਆਂ ਘਰ ਤੇ ਵਿਚਾਰੀਆਂ ਡੰਗਰ ਸਾਂਭਣ ਉਹ ਉੱਥੇ ਲੰਗਰ ਪਾਣੀ ਬਣਾਉਂਦੇ ਫਿਰਨ ਹੱਥ ਤੇ ਪਾਉਂਦੇ ਫਿਰਨ ਇਹ ਕਿਤੇ ਨਾ ਕਿਤੇ ਸਿਸਟਮ ਹੋ ਗਿਆ ਫਿਲਹਾਲ ਚੰਗੀ ਸ਼ੁਰੂਆਤ ਤੋਂ ਗੱਲ ਕਰਾਂਗਾ ਅਜ ਤਿਹਾੜ ਦਾ ਦਿਨ ਹੈ ਤੇ ਚਲੋ ਉਹਨਾਂ ਨੇ ਖੁੱਲ੍ਹ ਦੇ ਦਿੱਤੀ ਪਰ ਖੁੱਲ੍ਹ ਦੇ ਨਾਲ ਨਾਲ ਉਹਨਾਂ ਨੇ ਇਹ ਵੀ ਦੱਸ ਦਿੱਤਾ ਵੀ ਹੁਣ 12 ਤਰੀਕ ਨੂੰ ਅਸੀਂ 12 ਨੂੰ ਅਸੀਂ ਦੋਨੇ ਮੰਨੇ ਜਿਹੜਾ ਰਾਹ ਰੋਕ ਲੈਣਾ ਫਿਰ ਤੁਸੀਂ ਜੋ ਕਰਨਾ ਕਰ ਲਿਓ ਸਹੀ ਕਿਉਂਕਿ ਚੰਨੀ ਸਾਹਿਬ ਨੇ ਨਾ ਇਹ ਫੈਸਲਾ ਕੀਤਾ ਸੀ ਵੀ ਤੁਹਾਨੂੰ ਕਹਿੰਦੇ ਨੇ ਵੀ ਅਹੋ ਵੀ ਤੁਹਾਨੂੰ ਅਸੀਂ ਪੂਰਾ ਪੂਰਾ ਜਿਹੜਾ ਇਨਕਮ ਦਵਾ ਦਾਂਗੇ ਉਹ ਚੰਨੀ ਸਾਲ ਤੇ ਆਪ ਇਦਾਂ ਹੋਗੇ ਈਦ ਦਾ ਚੰਨ ਹੋਗੇ ਜਿੱਦਾਂ ਤੁਸੀਂ ਕਹਿੰਦੇ ਹੁੰਨੇ ਵੀ ਜਿੱਧਰ ਗਈਆਂ ਬੇਰੀਆਂ ਤੇ ਉਧਰ ਗੇ ਮळा ਅੱਜ ਕੱਲ ਆਪ ਤੇ ਕਹਿੰਦੇ ਮੁੰਡਾ ਅਮਰੀਕਾ ਤੁਰਿਆ ਫਿਰਦਾ ਤੇ ਸਾਨੂੰ ਲਾ ਕੇ ਕਿਤੇ ਕਿਸੇ ਖੁੰਝੇ ਲਾ ਗਿਆ ਹੁਣ ਕਿਤੇ ਕਿਤੇ ਬੜੇ ਸਾਰੇਆਂ ਚੀਜ਼ਾਂ ਜਿਹੜੀਆਂ ਨੇ ਇੱਥੇ ਦੇਖਣ ਨੂੰ ਮਿਲਦੀਆਂ ਇਸੇ ਦੁੱਖੋਂ ਧਰਨਾ ਲੱਗ ਗਿਆ ਹਾਲਾਂਕਿ ਭਗਵੰਤ ਮਾਨ ਨੇ ਸ਼ੋਰ ਕਰ ਦਿੱਤਾ ਸਾਡੇ ਮੌਜੂਦਾ ਸੀਐਮ ਸਾਹਿਬ ਨੇ ਸ਼ੋਰ ਕੀਤਾ ਆ ਕਿ ਹੁਣ 12 ਜਿਹੜੇ ਅਸੀਂ ਅਸੀਂ ਬਹੁਤ ਜਲਦ ਦੇ ਦਾਂਗੇ ਫੈਸਲੇ ਹੁਣ ਇਮੇਚ ਆਉਂਦੇ ਇਹਨਾਂ ਦੇ ਕੇਐਮਐਲ ਕੁਲਦੀਪ ਧਾਲੀਵਾਲ ਵੈਸੇ ਤੋਂ ਪੰਚਾਇਤੀ ਮੰਤਰੀ ਨੇ ਉਹਨਾਂ ਨੇ ਕਹਿ ਦਿੱਤਾ ਕਹਿੰਦੇ ਵੀ ਸਾਡੀ ਗੱਲਬਾਤ ਹੋ ਗਈ ਆ ਫਤਿਹਾਬਾਦ ਇੱਕ ਪ੍ਰਾਪਰਟੀ ਪਈ ਆ ਪਹਿਲਾਂ ਤੇ ਇਹ ਗੱਲ ਹੁੰਦੀ ਸੀ ਵੀ ਜਿਹੜੀ ਫਗਵਾੜੇ ਵਾਲੀ ਮਿਲ ਹੈ ਇਹ ਸਰਕਾਰੀ ਥਾਂ ਤੇ ਬਣੀ ਆ ਇੱਥੇ ਲਿਮਿਟਸ ਲੱਗੀਆਂ ਹੋਈਆਂ ਹਾਂ। ਹਾਂ ਤੇ ਉਹ ਕਹਿੰਦੇ ਵੀ ਇਹ ਸਰਕਾਰੀ ਥਾਂ ਤੇ ਬਣੀ ਹੈ ਤੇ ਅਸੀਂ ਵੇਚ ਦਾਂਗੇ। ਬਾਅਦ ਚ ਪਤਾ ਲੱਗਾ ਕਿ ਇੱਥੇ ਵੀ ਲਿਮਿਟਾਂ ਚੱਕੀਆਂ ਹੋਈਆਂ ਹਨ ਅਗਲਿਆਂ ਨੇ। ਫੇ ਉਹ ਕਹਿੰਦੇ ਜੀ ਫਤਿਹਬਾਦ ਇੱਕ ਪ੍ਰਾਪਰਟੀ ਹੈਗੀ ਆ। ਵੀ ਚਲੋ ਇਹ ਉਹ ਕਹਿੰਦੇ ਜੀ ਉੱਤੇ ਵੀ ਬਿਆਨਾਂ ਲਿਆ ਹੋਇਆ। ਹੁਣ ਪਰ ਇਹ ਗੱਲ ਹੋ ਗਈ ਵੀ ਚਲੋ ਫਤਿਹਬਾਦ ਵਾਲਾ ਜਿਹੜਾ ਬੰਦਾ ਆ ਉਹ ਜਿੰਨੇ ਤੋਂ ਬਿਆਨਾਂ ਲਿਆ ਆ ਵੀ ਇਦਾਂ ਕਰਦੇ ਆ ਵੀ ਉਹਦੀ ਖੁੱਲੀ ਬੋਲੀ ਕਰਾ ਲੈਨੇ ਆ। ਵਿਚਲਾ ਰਸਤਾ ਨਾ ਲੈਨੇ ਆ ਵੀ ਜਿੰਨੇ ਜਿੰਨੇ ਬਿਆਨਾਂ ਲਿਆ ਹੋਇਆ ਉਹਨੂੰ ਕਹਾਂਗੇ ਤੂੰ ਭਾਈ ਬਿਆਨਾਂ ਆਪਣਾ ਵਾਪਸ ਲੈ ਲੈ ਆ ਇੰਨੇ ਪੈਸੇ। ਦੇ ਦਾ ਦਿੱਦਾਂਗੇ ਕਿਉਂਕਿ ਉਹ ਕਿਤੇ ਕੋਰਟ ਚ ਨਾ ਨਾ ਚਲਾ ਜਾਵੇ ਮਸਲਾ ਲੈ ਕੇ ਮਸਲਾ ਪੁੰਗਾ ਪੈ ਸਕਦਾ ਹੁਣ 72 ਕਰੋੜ ਰੁਪਇਆ ਥੋੜਾ ਤਾਂ ਹੈ ਨਹੀਂ ਬਿਲਕੁਲ ਸਹੀ ਆ ਤੇ ਉਮੀਦ ਹੈ ਕਿ ਚੰਗੇ ਦੀ ਵੀ ਚਲੋ ਕਿਤੇ ਨਾ ਕਿਤੇ ਮਸਲਾ ਹੱਲ ਹੋ ਜਵੇ ਨਹੀਂ ਤਾਂ ਫਿਰ ਔਕੜਾਂ ਬਹੁਤ ਆ ਜਾਂਦੀਆਂ ਉਹ ਵੀ ਐਜੀਟੇਸ਼ਨ ਕਰਨਗੇ ਦੇਖੋ ਹਰਾ ਕੀਰਾਂ ਨੂੰ ਤਾਂ ਤੰਗੀ ਹੋਣੀ ਹੀ ਹੋਣੀ ਆ ਹੁਣ ਜਦੋਂ ਦੋਨੇ ਪੰਨੇ ਘੇਰਿਆ ਤਾਂ ਤੰਗੀ ਉਹ ਤੋਂ ਹੋਣੀ ਆ ਇੱਕ ਗੱਲ ਦੱਸੋ ਫਿਰ ਉਹ ਜਤਿੰਦਰ ਜੀ ਧਰਨੇ ਲਾਉਣੇ ਪੈਂਦੇ ਨੇ ਆਮ ਲੋਕਾਂ ਨੂੰ ਹੂੰ ਧਰਨੇ ਲਾਉਣੇ ਪੈਂਦੇ ਨੇ ਕਿਸਾਨਾਂ ਨੂੰ ਮਤਲਬ ਜਿਹੜਾ ਸਰ ਦਾ ਢਿੱਡ ਭਰਦਾ ਅੰਨ ਦਾਤਾ ਉਹਨੂੰ ਧਰਨੇ ਲਾਉਣੇ ਪੈਂਦੇ ਨੇ ਕਦੀ ਕਾਰਪੋਰੇਟ ਸੈਕਟਰ ਨੇ ਕਦੀ ਬਿਜ਼ਨਸਮੈਨ ਬਿਜ਼ਨਸ ਹਾਊਸਸ ਨੇ ਧਰਨੇ ਲਾਏ ਨਹੀਂ ਦੇਖਿਆ ਕਦੀ ਮੈਦਾਨੀ ਦੇਖਿਆ ਦੇਖੋ ਉਹਨਾਂ ਨੇ ਧਰਨੇ ਨਹੀਂ ਲਾਉਂਦੇ ਹੁੰਦੇ ਉਹ ਪਹਿਰਾ ਦਿੰਦੇ ਆ ਕਾਦੇ ਉੱਤੇ ਕਿਸੇ ਆਫਿਸ ਸੀਐਮ ਆਫਿਸ ਗਿਆ ਉੱਥੇ ਕੁਰਸੀ ਤੇ ਬੈਠ ਕੇ ਬੈਠਾ ਜਾਣਾ ਪਹਿਰਾ ਦੇ ਜਾਣਾ ਕੁਰਸੀ ਤੇ ਜਦ ਤੱਕ ਸੀਐਮ ਆਇਆ ਨਹੀਂ ਨਾਲ ਗੱਲਬਾਤ ਕੀਤੀ ਨਹੀਂ ਪਾਲਸੀਆਂ ਆਪਾਂ ਕਹਿੰਦੇ ਨਾ ਵੀ ਐਦਾਂ ਦਾ ਸਿਸਟਮ ਹੋ ਗਿਆ ਲੋਕਾਂ ਲਈ ਪਾਲਸੀਆਂ ਨਹੀਂ ਪਾਲਸੀਆਂ ਸਿਰਫ ਕਾਰਪੋਰੇਟਸ ਲਈ ਬਣਦੀਆਂ ਆ ਉਹ ਫਿਰ ਕਾਰਪੋਰੇਟਸ ਨੂੰ ਕੀ ਲੋੜ ਆ ਪੈ ਰਹੀਆਂ ਦੇਣ ਦੀ ਕਹਿੰਦੇ ਨਾ ਵੀ ਜਿਨ੍ਹਾਂ ਦੇ ਲੁੱਟ ਹੁੰਦੇ ਹੁੰਦੇ ਨੇ ਨਾ ਉਹੀ ਰਲਾਪ ਕਰਦੇ ਜਿਨ੍ਹਾਂ ਦਾ ਕੁਝ ਲੁੱਟੇ ਹੀ ਨਹੀਂ ਹੋਇਆ ਉਹਨੇ ਕੀ ਰੋਲਾ ਪਾਉਣਾ ਤੇ ਫਿਰ ਪਬਲਿਕ ਵੋਟਾਂ ਪਾਣ ਵਾਸਤੇ ਬਸ ਵੋਟਾਂ ਪਾਣ ਵਾਸਤੇ ਧਰਨੇ ਲਾਉਣ ਵਾਸਤੇ ਤੇ ਜੇ ਕਿਤੇ ਅਧਿਆਪਕ ਬਣਨਾ ਹੋਵੇ ਕਿਸੇ ਦਾ ਸੁਪਨਾ ਹੋਵੇ ਤੇ ਫਿਰ ਛੇਤਰ ਖਾਣ ਵਾਸਤੇ ਵੀ ਆ ਥੈਂਕ ਯੂ ਚੜਨ ਵਾਸਤੇ ਥੈਂਕ ਯੂ ਚੜਨ ਵਾਸਤੇ ਵੀ ਜੇ ਤੁਸੀਂ ਨੌਜਵਾਨ ਹੋ ਤਾਂ ਫਿਰ ਤੁਸੀਂ ਸਾਡਾ ਜੇ ਤੁਸੀਂ ਕਹਿੰਦੇ ਹੋ ਕਿ ਬਾਹਰ ਨਹੀਂ ਜਾਣਾ ਨਾ ਫਿਰ ਇੱਥੇ ਖੱਜਲ ਖਰਾਬ ਹੋਣ ਵਾਸਤੇ ਇਹ ਬਹੁਤ ਕਾਹੇਲ ਰੱਖਿਆ ਹੋਇਆ ਹੈ ਇਹਨਾਂ ਨੇ ਮਤਲਬ ਇਹ ਪੂਰਾ ਸਿਸਟਮ ਪੂਰਾ ਸੈਟਅਪ ਬਣਿਆ ਹੋਇਆ ਪੂਰਾ ਨੈਟਵਰਕ ਹੈ ਇੱਕ ਕੁੱਤੇ ਦਾ ਕਲੱਬ ਆ ਜਿਹਦੇ ਵਿੱਚ ਬਿਜ਼ਨਸਮੈਨ ਵੀ ਨੇ ਬਿਊਰੋਕਰੇਟਸ ਵੀ ਨੇ ਪੋਲੀਟਿਸ਼ੀਅਨਸ ਵੀ ਨੇ ਉਸ ਕਲੱਬ ਦੇ ਵਿੱਚ ਤੁਹਾਨੂੰ ਤੇ ਮੈਨੂੰ ਐਂਟਰੀ ਨਹੀਂ ਹੈਗੀ ਆਮ ਲੋਕਾਂ ਨੂੰ ਐਂਟਰੀ ਨਹੀਂ ਹੈ ਸਪੈਸ਼ਲ ਲੋਕਾਂ ਦਾ ਕਲੱਬ ਆ ਔਰ ਉਹ ਕਲੱਬ ਦੇਸ਼ ਨੂੰ ਚਲਾਉਂਦਾ ਉਹ ਕਲੱਬ ਸਟੇਟਸ ਨੂੰ ਚਲਾਉਂਦਾ ਉਹ ਕਲੱਬ ਆਪਣੇ ਮੁਤਾਬਿਕ ਸਾਰੀਆਂ ਪਾਲਿਸੀਆਂ ਬਣਾਉਂਦਾ ਵਾਕਿਆ ਤੁਹਾਡੀ ਗੱਲ ਤੇ ਸਹੀ ਹੈ ਵੈਸੇ ਇਦਾਂ ਹੀ ਕੁਝ ਹੋਣ ਡਿਆ ਇਦਾਂ ਹੀ ਕੁਝ ਹੋਣ ਡਿਆ ਉਹ ਕਲੱਬ ਆਪਸ ਵਿੱਚ ਪਾਰਟੀ ਵੀ ਕਰ ਇੱਥੇ ਆਉਮੇ ਹੀ ਸੜਕਾਂ ਦੇ ਉੱਤੇ ਧਰਨੇ ਲਾਉਨੇ ਆ ਖੈਰ ਚਲੋ ਵਧੀਆ ਅੱਗੇ ਚੱਲਦੇ ਆ ਜਿਹੜਾ ਇਹ ਪੰਜਾਬ ਦਾ ਆਪਾ ਮਾਮਲਾ ਲਾਅ ਐਂਡ ਆਰਡਰ ਦਾ ਕਹਿ ਰਹੇ ਸੀ ਉਹਦੇ ਤਹਿਤ ਨਾ ਇੱਕ ਨਿਊਜ਼ ਮਿਲੀ ਆ ਔਰ ਆਏ ਦਿਨ ਸਾਨੂੰ ਕਿਤੇ ਨਾ ਕਿਤੇ ਕਤਲ ਦੀ ਨਿਊਜ਼ ਮਿਲਦੀ ਰਹਿੰਦੀ ਆ ਅੰਮ੍ਰਿਤਸਰ ਦੇ ਵਿੱਚ ਪੈਟਰੋਲ ਪੰਪ ਦੇ ਮਾਲਕ ਨੇ ਉਹਨਾਂ ਦਾ ਦੇਰ ਰਾਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਬਜ਼ੁਰਗ ਨੇ ਗੋਲੀਆਂ ਪਾਟੇ 'ਚ ਲੱਗੀਆਂ ਪਰ ਖੂਨ ਜ਼ਿਆਦਾ ਜਾਣ ਕਰਕੇ ਉਹਨਾਂ ਦੀ ਡੈਥ ਹੋ ਜਾਂਦੀ ਹੈ ਪੈਟਰੋਲ ਪੰਪ ਦੋ ਪੈਟਰੋਲ ਪੰਪ ਨੇ ਬੰਦ ਕਰਕੇ ਉਹ ਘਰ ਆਏ ਸੀ ਤੇ ਗੱਡੀ ਚ ਕੈਸ਼ ਉੱਥੇ ਪਿਆ ਹੋਇਆ ਕੈਸ਼ ਨੂੰ ਕੁਝ ਨਹੀਂ ਹੋਇਆ ਪਰ ਉਹਨਾਂ ਨੂੰ ਗੋਲੀਆਂ ਮਾਰ ਕੇ ਔਰ ਪੁਲਿਸ ਕਹਿੰਦੀ ਹੈ ਕਿ ਸ਼ਾਇਦ ਆਪਸੀ ਰੰਜਿਸ਼ ਹੈ ਕੋਈ ਖਾਨਦਾਨੀ ਦੁਸ਼ਮਣੀ ਹੈ ਕਿਉਂਕਿ ਦੇਖੋ ਜੇ ਤਾਂ ਅਗਲਾ ਕੈਸ਼ ਲਈ ਆਉਂਦਾ ਜਾਂ ਪਿੱਛੇ ਕਿਸੇ ਹੋਰ ਲਈ ਆਉਂਦਾ ਫਿਰ ਉਹ ਅਗਲਾ ਕੈਸ਼ ਲੈ ਕੇ ਜਾਂਦਾ ਜਿਸ ਹੱਬ ਦੇ ਨਾਲ ਗੋਲੀਆਂ ਵੱਜੀਆਂ ਆ ਉਹ ਸਭ ਨਾਲ ਮੋਡਲੀ ਰਿਪੋਰਟ ਤੋਂ ਤੇਹੀ ਪਤਾ ਲੱਗਦਾ ਕਿ ਭਾਈ ਇਹ ਆਪਸੀ ਰੰਜਿਸ਼ ਆ ਤੁਸੀਂ ਲਾਅ ਐਂਡ ਆਰਡਰ ਦੀ ਪਹਿਲਾਂ ਵੀ ਆਪਾਂ ਗੱਲ ਕਰ ਲਈ ਹੈ ਵੀ ਸੁਧਾਰਿਆ ਜਾ ਰਿਹਾ ਲਾਅ ਐਂਡ ਆਰਡਰ ਪੰਜਾਬ ਚ ਵਾਕਈ ਬਹੁਤ ਸੁਧਾਰਨ ਦੀ ਲੋੜ ਹੈ ਕਿਉਂਕਿ ਸ਼ਰਿਆਂ ਵਿੱਚ ਲੱਗਦਾ ਕਿ ਇੱਕ ਪਿੰਡ ਗੈਂਗ ਪਿਛੇ ਦੇ ਗਾਣੇ ਵੀ ਹੋਏ ਸੀਗੇ ਗੈਂਗਲੈਂਡ ਦੇ ਨਾਲ ਸੰਬੰਧਿਤ ਉੱਥੋਂ ਹੀ ਮਤਾਸਰ ਹੋ ਕੇ ਮੈਂ ਲੱਗਾ ਸੀ ਗੈਂਗਲੈਂਡ ਜੇ ਨੂੰ ਬਣਾ ਲਿਆ ਆ ਸਰਕਾਰਾਂ ਐਡਮਿਨਿਸਟ੍ਰੇਟਿਵ ਨੂੰ ਬਹੁਤ ਕਰੜੇ ਹੋਣ ਦੀ ਲੋੜ ਆ ਇਸ ਪੱਖੋਂ ਨਹੀਂ ਤੇ ਪੰਜਾਬ ਜਿਹੜਾ ਨਾ ਆਪਾਂ ਕਹਿੰਦੇ ਸੀ ਵੀ ਡੁੱਲਦਾ ਜਾ ਰਿਹਾ ਸਾਡੇ ਕੋਲੇ ਹੱਥੋਂ ਨਿਕਲ ਜਾਣਾ ਹੈ ਕਿਉਂਕਿ ਸਾਡੇ ਮੁੰਡੇ ਜਿਹੜੇ ਨੇ ਜਾਂ ਤਾਂ ਫਿਰ ਉਹ ਬਾਹਰ ਚ ਲੈ ਜਾ ਰਹੇ ਨੇ ਜਾਂ ਫਿਰ ਇੱਥੇ ਰਹਿ ਕੇ ਨਰਕ ਦੇ ਭੋਗੀ ਬਣਦੇ ਬਿਲਕੁਲ ਉਹ ਪਿਛੇ ਦੇ ਇੱਕ ਨਿਊਜ਼ ਵੀ ਸੀ ਨਾ ਕਿ ਜਿਹੜੇ ਗੈਂਗਸਟਰਸ ਨੇ ਉਹ ਇੱਕ ਸਵਾਲ ਉਠਾ ਰਹੇ ਨੇ ਇੱਕ ਸਵਾਲ ਚੁੱਕਦੇ ਨੇ ਕਿ ਸਾਨੂੰ ਗੈਂਗਸਟਰ ਬਣਾਇਆ ਕਿਨੇ ਬਣਾਇਆ ਕਿਨੇ ਉਹ ਹਾਲਾਤ ਕਿਹਨੇ ਪੈਦਾ ਕੀਤੇ ਸਾਡੀ ਲਾਈਫ ਨੂੰ ਇਹ ਦਿਸ਼ਾ ਕਿਹਨੇ ਦਿੱਤੀ ਇਸ ਗੱਲ ਦੇ ਉੱਤੇ ਵੀ ਗੌਰ ਹੋਣਾ ਚਾਹੀਦਾ ਸਾਨੂੰ ਨਿੰਦਣ ਤੋਂ ਪਹਿਲਾਂ ਸਾਡੇ ਖਿਲਾਫ ਕਦਮ ਚੁੱਕਣ ਤੋਂ ਪਹਿਲਾਂ ਹਾਲਾਂਕਿ ਗੌਰਵ ਯਾਦਵ ਕਹਿ ਰਹੇ ਨੇ ਜੋ ਸਾਡੇ ਪੰਜਾਬ ਦੇ ਡੀਜੀਪੀ ਨੇ ਕਿ ਮਾਨ ਸਾਹਿਬ ਵੱਲੋਂ ਸੀਐਮਜੀ ਵੱਲੋਂ ਸਾਨੂੰ ਪੂਰੀਆਂ ਹਦਾਇਤਾਂ ਨੇ ਕਿ ਮਾਹੌਲ ਕਿਸੇ ਵੀ ਹਿਲੇ ਜ਼ੀਰੋ ਟੋਲਰੈਂਸ ਦੀ ਨੀਤੀ ਦੇ ਉੱਤੇ ਚੱਲਦੇ ਹੋਏ ਕੰਟਰੋਲ ਕਰੋ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਔਰ ਇਹਦੇ ਜੇ ਵਰਸਸ ਦੇਖੀਏ ਤਾਂ ਉਹਨਾਂ ਦਾ ਬਿਆਨ ਵੀ ਹੁੰਦਾ ਜਿਹੜੇ ਗੈਂਗਸਟਰਸ ਨੇ ਕਿ ਸਾਨੂੰ ਗੈਂਗਸਟਰਸ ਬਣਾਇਆ ਕਿਨੇ। ਨਸ਼ਾ ਤਸਕਰ ਇਹਨਾਂ ਨੂੰ ਐਸਟੈਬਲਿਸ਼ ਕਰਨ ਵਾਲਾ ਕੌਣ? ਇਹਨਾਂ ਨੂੰ ਥਾਪੜਾ ਦੇਣ ਵਾਲਾ ਕੌਣ? ਇਹਨਾਂ ਦੀਆਂ ਬਾਗਾਂ ਇੰਨੀਆਂ ਖੁੱਲੀਆਂ ਕਿਵੇਂ ਛੱਡੀਆਂ? ਇਹਨੇ ਕਿਵੇਂ ਹੌਸਲੇ ਪੈ ਗਏ? ਜੇਲ੍ਹ ਦੇ ਅੰਦਰ ਵੀ ਮਾਰਕੁਟਾਈ ਹੋ ਜਾਂਦੇ ਨੇ। ਜੇਲ੍ਹ ਦੇ ਅੰਦਰ ਵੀ ਔਰ ਸਰੇਆਮ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਪੇजेस ਬਣੇ ਹੋਏ ਨੇ ਜਿਹਦੇ ਉੱਤੇ ਉਹ ਜ਼ਿੰਮੇਵਾਰੀ ਲ ਠੀਕ اور ਫੋਨ ਕਰਕੇ ਜ਼ਿੰਮੇਵਾਰੀ ਲੈਂਦੇ ਨੇ ਕਿ ਅਸੀਂ ਇਹ ਕੀਤਾ ਮਤਲਬ ਇੰਨੀ ਛੁੱਟ ਔਰ ਇੰਨੇ ਹੌਸਲੇ ਬੁਲੰਦ ਨੇ ਕਿਤੇ ਵੀ ਕੁਝ ਵੀ ਔਰ ਸਰੇ ਆਮ ਗੋਲੀਆਂ ਚੱਲਦੀਆਂ ਨੇ ਸਰੇ ਆਮ ਬੰਦੇ ਕਤਲ ਕਰ ਦਿੱਤੇ ਜਾਂਦੇ ਨੇ ਇਹ ਹੌਸਲਾ ਕਿੱਥੋਂ ਆ ਗਿਆ ਪੁਲਿਸ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਕੋਈ ਖੋਫ ਨਹੀਂ ਹੈ ਪਰ ਪਿਛੇ ਜਿਹਾ ਅਸੀਂ ਦੇਖਿਆ ਐਨਕਾਊਂਟਰਸ ਵੀ ਹੁੰਦੇ ਨੇ ਸਟਿਲ ਮਾਹੌਲ ਉਦਾਂ ਹੀ ਗਰਮ ਹੈ ਔਰ ਜਿਹੜੇ ਗੈਂਗਸਟਰਸ ਨੇ ਉਹਨਾਂ ਨੂੰ ਐਦਾਂ ਟ੍ਰੀਟਮੈਂਟ ਦਿੱਤਾ ਜਾਂਦਾ ਜਿਵੇਂ ਕੋਈ ਸੈਲੀਬ੍ਰਿਟੀ ਹੋਣ ਕੋਈ ਹੀਰੋ ਹੋਣ ਉਹਨਾਂ ਦੀ ਹੈਡਲਾਈਨਸ ਲੱਗਦੀਆਂ ਨੇ ਔਰ ਸਿੱਧੂ ਮੂਸੇਵਾਲਾ ਦੇ ਫਾਦਰ ਸਾਹਿਬ ਨੇ ਵੀ ਇਸ ਗੱਲ ਦੇ ਉੱਤੇ ਇਤਰਾਜ਼ ਕੀਤਾ ਕਿ ਜਿਹੜੇ ਗੈਂਗਸਟਰਸ ਨੇ ਤੁਸੀਂ ਇਹਨਾਂ ਨੂੰ ਵੀਆਈਪੀ ਟ੍ਰੀਟਮੈਂਟ ਦੇ ਰਹੇ ਹੋ ਜਿੰਨਾਂ ਨੇ ਸਾਡੇ ਬੱਚਿਆਂ ਦੇ ਕਤਲ ਕੀਤੇ ਹੋਏ ਨੇ ਮਤਲਬ ਇਹ ਕਿਹੜੇ ਪਾਸੇ ਲੈ ਕੇ ਜਾ ਰਹੇ ਹੋ ਔਰ ਅੱਗੇ ਜਿਹੜੀ ਜਨਰੇਸ਼ਨ ਆਉਣ ਵਾਲੀ ਹੈ ਉਹ ਕੀ ਸਬਕ ਲੈਣਗੇ ਕਿ ਜਿਹੜੇ ਗੈਂਗਸਟਰਸ ਹੁੰਦੇ ਨੇ ਬੜਾ ਵਧੀਆ ਕੈਰੀਅਰ ਹੈ ਇਹ ਬੜੀ ਵੱਡੀ ਓਪਰਚ्युनिटी ਹੈ ਇਹ ਬਹੁਤ ਇੱਜ਼ਤ ਵਾਲਾ ਕੰਮ ਹੈ ਬਹੁਤ ਸਟੇਟਸ ਵਾਲਾ ਕੰਮ ਹੈ ਸਾਨੂੰ ਗੈਂਗਸਟਰ ਬਣਨਾ ਚਾਹੀਦਾ ਇਹ ਸਾਡੇ ਹੀਰੋ ਨੇ ਜੀ ਮਤਲਬ ਇਦਾਂ ਪੇਸ਼ ਕੀਤਾ ਜਾਂਦਾ ਹੈ ਇਹ ਕੁੱਲ ਮਿਲਾ ਕੇ ਜੋ ਮੀਡੀਆ ਦੇ ਵਿੱਚ ਵੀ ਖਬਰਾਂ ਉਹ ਵੀ ਕਿਤਨਾ ਕਿਤੇ ਪੰਜਾਬ ਦੇ ਮਾਹੌਲ ਨੂੰ ਸੈਂਸਿਟਿਵ ਬਣਾ ਰਹੀਆਂ ਨੇ ਜੋ ਗੈਂਗਸਟਰਸ ਨੂੰ ਗਲੋਰੀਫਾਈ ਕੀਤਾ ਜਾਂਦਾ ਹੈ ਕੀ ਸੋਚਦੇ ਤੁਸੀਂ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਬਹੁਤ ਸਾਰੇ ਮਸਲੇ ਨੇ ਜਿਵੇਂ ਪੰਜਾਬ ਦੇ ਵਿੱਚ ਆਪਾਂ ਤੁਸੀਂ ਗੈਂਗਸਟਰਵਾਦ ਦੀ ਗੱਲ ਕਰਦੇ ਆ ਨਾ ਗੈਂਗਸਟਰਵਾਦ ਵਾਕਈ ਜੜ ਕਿੱਥੇ ਆ ਇਹ ਵੀ ਦੇਖਣਾ ਚਾਹੀਦਾ ਔਰ ਜੜ ਜਿਹੜੀ ਆ ਉਹਨੂੰ ਫੜਨ ਦੇ ਲਈ ਨਾ ਹੁਣ ਕਹਿੰਦੇ ਤੇ ਆ ਵੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਜੇ ਰੰਗਲਾ ਪੰਜਾਬ ਬਣਾਉਣਾ ਤਾਂ ਮੈਨੂੰ ਲੱਗਦਾ ਕਿ ਬੇਸਿਕ ਜਿਹੜੀ ਟਰਮ ਹੈ ਬੇਸਿਕ ਚੀਜ਼ ਜਿਹੜੀ ਆ ਮੋਡਲੀ ਟਰਮ ਹੈ ਉਹ ਹੈ ਕਿ ਪੰਜਾਬ ਦੇ ਬੱਚਿਆਂ ਨੂੰ ਸਹੀ ਮੱਤੇ ਲਾਉਣਾ ਹੁਣ ਜੇ ਤੁਸੀਂ ਗੈਂਗਸਟਰਾਂ ਦੀ ਗੱਲ ਕਰ ਲੋ ਤੇ ਇਹ ਕੋਈ ਗੈਂਗਸਟਰ ਸਾਬਕਾ ਨੈਸ਼ਨਲ ਖਿਡਾਰੀ ਹੈ ਸਾਬਕਾ ਸਟੇਟ ਖਿਡਾਰੀ ਹੈ ਕੋਈ ਕਿਸੇ ਮਤਲਬ ਕਿਸੇ ਗੇਮ ਦੇ ਵਿੱਚ ਹੈ ਇੰਟੈਲੀਜੈਂਟ ਲੋਕ ਨੇ ਇਹ ਕਿਉਂ ਕਿਉਂ ਇਦਾਂ ਦੇ ਹੋਏ ਇਨਾਂ ਦੇ ਪਿੱਛੇ ਹਾਲਾਤ ਵੀ ਨੇ ਪਰ ਤੱਕ ਸਭ ਨੂੰ ਪਤਾ ਭਾਜੀ ਜੇ ਆਪਾਂ ਹੁਣ ਐ ਗੱਲਾਂ ਕਰਦੇ ਰਹੀਏ ਤੇ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਹੈ ਸੰਜੀਪ ਜੀ ਕਿ ਬਹੁਤ ਆਪਾਂ ਉਸ ਮਸਲੇ ਵਾਲਾ ਜਿਆਦਾ ਜਿਹੜਾ ਸਮਝ ਸਭ ਨੂੰ ਹੈ ਪਰ ਬੋਲਣਾ ਕੋਈ ਨਹੀਂ ਚਾਹੁੰਦਾ ਹੂੰ ਕਿਉਂਕਿ ਉਹਨਾਂ ਦੀ ਜੇ ਐਜੂਕੇਸ਼ਨ ਦੇਖੋ ਤਾਂ ਬੜੇ ਐਜੂਕੇਟਿਡ ਲੋਕ ਨੇ ਔਰ ਉਹਨਾਂ ਦਾ ਜਿਹੜਾ ਕੈਰੀਅਰ ਰਿਹਾ ਹੈ ਐਸ ਅ ਸਟੂਡੈਂਟ ਬਹੁਤ ਵਧੀਆ ਰਿਹਾ ਫਿਰ ਉਹ ਕਿਹੜੇ ਹਾਲਾਤ ਸੀ ਔਰ ਉਸੇ ਤਰ੍ਹਾਂ ਹੀ ਨਸ਼ਾ ਤਸਕਰ ਮਤਲਬ ਕਿਹਦਾ ਜੀ ਕਰਦਾ ਕਿ ਇਦਾਂ ਦੇ ਪੁੱਠੇ ਕੰਮ ਕਰੇ ਉਹਨਾਂ ਨੂੰ ਕਿਨੇ ਲਾਇਆ ਇੰਨਾ ਕੰਮਾਂ ਦੇ ਵਿੱਚ ਇਹਦਾ ਪ੍ਰੋਫਿਟ ਕੌਣ ਲੈਂਦਾ ਔਰ ਜਿਹੜਾ ਆ ਪੈਸਾ ਇਹ ਕਿੱਧਰ ਲਗਾਇਆ ਜਾਂਦਾ ਕੁਝ ਲੋਕ ਦੱਸਦੇ ਨੇ ਕਿ ਗੈਂਗਸਟਰਸ ਔਰ ਨਸ਼ਾ ਤਸਕਰ ਇਹ ਦੋਵਾਂ ਕੰਬੀਨੇਸ਼ਨ ਆ ਉਹ ਪੈਸਾ ਗੈਂਗਸਟਰਸ ਦੇ ਉੱਤੇ ਲਗਦਾ ਉਹਨਾਂ ਨੂੰ ਐਸਟੈਬਲਿਸ਼ ਕਰਨ ਵਾਸਤੇ ਲਗਦਾ ਜਿਹੜਾ ਨਸ਼ਿਆਂ ਤੋਂ ਪੈਸਾ ਕਮਾਉਂਦਾ ਹੀ ਹੈ ਉਹ ਕੰਪਨੀ ਉਹ ਕੰਪਨੀ ਕਵਾਂਗੇ ਜਿਹੜੀ ਉਹਨਾਂ ਨੇ ਆਪ ਖੋਲ ਕੇ ਬੈਠੀ ਹੋਈ ਨੇ ਜਿਹੜੇ ਵੀ ਇਸ ਕੰਪਨੀ ਦੇ ਮਾਲਕ ਨੇ ਉਹ ਕਿੰਗਪਿੰਸ ਕੌਣ ਨੇ ਨੋਬਾਡੀ ਨੋਜ਼ ਜੇ ਕੋਈ ਜਾਣਦਾ ਹੈ ਤੁਹਾਡੇ ਵਾਲੀ ਗੱਲ ਆ ਜਾਂਦੀ ਹੈ ਉਹ ਬੋਲਣਾ ਨਹੀਂ ਚਾਹੁੰਦਾ ਕਿਉਂਕਿ ਉਹਨੂੰ ਆਪਣੀ ਜਾਨ ਦਾ ਖਤਰਾ ਹੈ ਆਪਣੇ ਪਰਿਵਾਰ ਦੀ ਜਾਨ ਦਾ ਖਤਰਾ ਹੈ ਇਸ ਕਰਕੇ ਸਭ ਚੁੱਪ ਨੇ ਪਰ ਇਹ ਕੰਮ ਚੱਲ ਰਿਹਾ ਸਰੀਆਮ ਚੱਲ ਰਿਹਾ ਇਸ ਮਾਹੌਲ ਦੇ ਵਿੱਚ ਡੀਜੀਪੀ ਗੌਰਵ ਯਾਦਵ ਕੀ ਕਰ ਸਕਦੇ ਨੇ ਦੇਖੋ ਕਰਨ ਨੂੰ ਤਾਂ ਬਹੁਤ ਕੁਝ ਹੋ ਸਕਦਾ ਹੈ ਇਦਾਂ ਨਹੀਂ ਹੈਗਾ ਕਿ ਨਹੀਂ ਕਿਉਂਕਿ ਇਸ ਸਮੇਂ ਸਰਕਾਰ ਦਾ ਜਿਹੜਾ ਮਨਛਾ ਤੇ ਐਡਮਿਨਿਸਟ੍ਰੇਟਿਵ ਦਾ ਮਨਛਾ ਮੈਨੂੰ ਲੱਗਦਾ ਕਿ ਟਿਊਨਿੰਗ ਦੇ ਵਿੱਚ ਆ ਹਮ ਸੋ ਕੀਤਾ ਤਾਂ ਬਹੁਤ ਕੁਝ ਜਾ ਸਕਦਾ ਪਰ ਉਹ ਹੀ ਗੱਲ ਹੈ ਨਾ ਕਿ ਰਿਜ਼ਲਟ ਹਲੇ ਲੰਬੇ ਸਮੇਂ ਦੇ ਵਿੱਚ ਆਉਣਗੇ ਇਹ ਰਿਜ਼ਲਟ ਇਦਾਂ ਨਹੀਂ ਵੀ ਅੱਜ ਸ਼ੁਰੂ ਕਰ ਲਿਆ ਤੇ ਅੱਜ ਰਿਜ਼ਲਟ ਆਉਣੇ ਸ਼ੁਰੂ ਹੋ ਗਏ ਇਹ ਰਿਜ਼ਲਟ ਸਾਨੂੰ ਸਾਲ ਬਾਅਦ ਡੇਢ ਸਾਲ ਬਾਅਦ ਰਿਜ਼ਲਟ ਰਿਪੋਰਟ ਦੱਸਣੀ ਪੈਣੀ ਹੈ ਕਿ ਅਸੀਂ ਕਿੱਥੇ ਪਹੁੰਚੇ ਹ ਕਿੱਦਾਂ ਪਹੁੰਚੇ ਹ ਸੋ ਇੱਥੇ ਹੁਣ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹਾਲਕਿ ਸਰਕਾਰ ਜਿਹੜੀ ਆ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਲਗਾਤਾਰ ਇਹ ਕਹਿਣ ਲਈ ਆ ਕਿ ਅਸੀਂ ਬੜੇ ਸੰਜੀਦਾ ਇਸ ਮਾਮਲੇ ਨੂੰ ਜੇ ਸੰਜੀਦਾ ਤੇ ਰਿਜ਼ਲਟ ਡੇਢ ਸਾਲ ਦੇ ਬਾਅਦ ਤੇਰੇ ਪਤਾ ਲੱਗਣੇ ਚਾਹੀਦੇ ਆ ਨਾ ਤੋ ਡੇਢ ਸਾਲ ਲੱਗ ਸਕਦਾ ਸਾਲ ਡੇਢ ਸਾਲ ਲੱਗ ਸਕਦਾ ਉਸ ਤੋਂ ਬਾਅਦ ਰਿਜ਼ਲਟ ਪਤਾ ਲੱਗਦਾ ਕਿਉਂਕਿ ਇਹ ਇੱਕ ਦਿਨ ਦੀ ਪਨੀਰੀ ਨਹੀਂ ਗਈ ਇਹਨੂੰ ਕਹਿੰਦੇ ਆ ਨਾ ਵੀ ਹੌਲੀ 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 ਨਿਤਰ ਕੇ ਨਿਤਰ ਕੇ ਨਿਤਰ ਕੇ ਡੇਢ ਸਾਲ ਸਾਲ ਦੇ ਵਿੱਚ ਪਤਾ ਲੱਗਣਾ ਬਿਲਕੁਲ ਸਹੀ ਗੱਲ ਹੈ ਹਜੇ ਤੇ ਪੰਜਾਬ ਸਰਕਾਰ ਕੈਨੇਡਾ ਦੀ ਸਰਕਾਰ ਨਾਲ ਗੱਲ ਕਰ ਰਹੀ ਹੈ ਕਿ ਗੋਲਡੀ ਬਰਾੜ ਲੰਡਾ ਹੋਰ ਵੀ ਜਿਹੜੇ ਉਥੇ ਗੈਂਗਸਟਰਸ ਬੈਠੇ ਨੇ ਪੰਜਾਬ ਦੇ ਔਰ ਸੂਚੀ ਜਾਰੀ ਹੋਈ ਸੀ 11 ਬੰਦੇ ਜਿਹਦੇ ਵਿੱਚ 9 ਬੰਦੇ ਪੰਜਾਬੀ ਨੇ ਗੈਂਗਸਟਰ ਉਥੇ ਕੈਨੇਡਾ ਦੀ ਤੱਤੀ ਦੇ ਉੱਤੇ ਪੰਜਾਬ ਸਰਕਾਰ ਗੱਲ ਕਰ ਰਹੀ ਹੈ ਕਿ ਉਹਨਾਂ ਨੂੰ ਸਾਡੇ ਹਵਾਲੇ ਕੀਤਾ ਜਾਵੇ ਅਸੀਂ ਅੱਗੇ ਮਸਲੇ ਨੂੰ ਕਿਵੇਂ ਜੱਟਣਾ ਉਹ ਸਾਡਾ ਕੰਮ ਹੈ ਦੇਖਣਾ ਸੋ ਉਹ ਵੀ ਗੱਲਬਾਤ ਜਾਰੀ ਹੈ ਤੁਸੀਂ ਠੀਕ ਕਹਿ ਰਹੇ ਹੋ ਆਉਣ ਵਾਲਾ ਸਮਾਂ ਦੱਸੇਗਾ ਸੋ ਮਜੀਠੀਆ ਸਾਹਿਬ ਦੀ ਜ਼ਮਾਨਤ ਹੋ ਗਈ ਹੈ ਹਾਈ ਕੋਰਟ ਤੋਂ ਕਾਰ ਪਹੁੰਚ ਗਏ ਨੇ ਵਾਕਈ ਦੇਖੋ ਫੈਸਲਾ ਬੜੇ ਤਿਰਤੋਂ ਰੱਖਵਾ ਸੀਗਾ ਕਦੀ ਕੋਈ ਬਦਲ ਜਾਂਦਾ ਸੀ ਕਦੀ ਕੋਈ ਬਦਲ ਜਾਂਦਾ ਸੀਗਾ ਤੇ ਕਲ ਸਾਡੇ 6:30 ਵਜੇ 6:20 ਮਿੰਟ ਦੇ ਉੱਤੇ ਉਹਨਾਂ ਨੂੰ ਜ਼ਮਾਨਤ ਹੋ ਗਈ ਉਹਨਾਂ ਦੀ ਉਹ ਪਹਿਲਾਂ ਚੰਡੀਗੜ੍ਹ ਆਪਣੀ ਰਹਾਇਸ਼ ਤੇ ਗਏ ਆ ਅੱਜ ਆਪਾਂ ਫੋਟਾਂ ਵਿੱਚ ਦੇਖਦੇ ਸੀ ਕਿ ਰਖੜੀ ਬਣਾਈਆਂ ਉਹਨਾਂ ਨੇ ਨਿਆਣੇ ਮਿਲੇ ਆ ਨਿਕਲਦੇ ਸਾਰ ਉਹਨਾਂ ਨੇ ਬੜੀਆਂ ਗੱਲਾਂ ਕਹੀਆਂ ਬੜੀਆਂ ਕਰਾਰੀਆਂ ਕਰਾਰੀਆਂ ਗੱਲਾਂ ਸੀ ਤੁਸੀਂ ਵੀ ਸੁਣੀਆਂ ਹੋਣੀਆਂ ਗੱਲਾਂ ਬਿਲਕੁਲ ਕਹਿੰਦੇ ਕਿ ਜਿਨੇ ਮੈਨੂੰ ਫੜਾਇਆ ਸੀਗਾ ਕਿਤੇ ਉਹ ਪਹਿਲਾਂ ਉਹਨਾਂ ਨੇ ਇਹ ਗੱਲ ਕਹੀ ਓ ਪਹਿਲਾਂ ਹਮੇਸ਼ਾ ਹੀ ਕਹਿੰਦੇ ਆ ਵੀ ਸਿਆਸੀ ਕਹਿੰਦੇ ਵੀ ਇਹ ਸਿਆਸੀ ਬਦਲਾਖੋਰੀ ਸੀ ਫੇ ਉਹ ਕਹਿੰਦੇ ਆ ਵੀ ਜਿਨੇ ਮੈਨੂੰ ਫੜਾਇਆ ਸੀ ਉਹ ਆਪ ਤੋਂ ਲੱਭਦਾ ਨਹੀਂ ਆਪ ਤਾਂ ਇੱਕ ਅਮਰੀਕਾ ਜਾ ਕੇ ਤੁਰਿਆ ਫਿਰਦਾ ਤੇ ਦੂਸਰਾ ਕਹਿੰਦੇ ਮੇਰੇ ਗਵਾਂਡ ਚ ਸੀਗਾ ਉਹ ਵੀ ਕੰਦਾ ਤੇ ਨਾਲ ਠੇਡੇ ਖਾਂਦਾ ਫਿਰਦਾ ਸਿੱਧੂ ਸਾਹਿਬ ਦੀ ਗੱਲ ਕਰਦੇ ਸੀਗੇ ਹੂੰ ਇੱਕ ਡਰੱਗ ਦਾ ਮਾਮਲਾ ਜਿਹੜਾ ਆਪਾਂ ਕਹਿੰਨੇ ਕਿ ਬੜੇ ਲੰਬੇ ਸਮੇਂ ਤੋਂ ਲੜਕਦਾ ਆ ਸਰਕਾਰਾਂ ਦੇ ਕੋਲ ਕੁਝ ਵੀ ਨਹੀਂ ਸੀਗਾ ਜਿਹੜੀ ਇੱਕ ਆਪਾਂ ਕਹਿੰਨੇ ਚਾਰਜ ਸ਼ੀਟ ਬਣਾਈ ਸੀਗੀ ਨਾ ਉਹ ਚਾਰਟ ਸ਼ੀਟ ਬੜੇ ਵੱਡੇ ਪੰਨਿਆਂ ਦੀ ਸੀਗੀ ਕੁਝ ਪਰ 100 ਪੰਨਿਆਂ ਦੀ ਸੀਗੀ ਹਾਂਜੀ ਉਹਨਾਂ ਪੰਨਿਆਂ ਦੇ ਵਿੱਚ ਜੇ ਤੁਸੀਂ ਪੜਨਾ ਸੀ ਮਾਮਲਾ ਸਿਰਫ ਤੇ ਸਿਰਫ ਵਕੀਰ ਦੇ ਵਿੱਚ ਜਾ ਕੇ ਸੀਗਾ ਕਿ ਛੋਟਾ ਜਿਹਾ ਮਾਮਲਾ ਆਉਂਦਾ ਆ ਬੜੇ ਸਾਰੇ ਜਿਹੜੇ ਟਰਨੀਜ਼ ਨੇ ਉਹ ਕਹਿੰਦੇ ਸੀ ਕਿ ਇਹ ਇਹ ਵੱਡਦਾ ਹੀ ਨਹੀਂ ਮਸਲਾ ਫਿਰ ਜਿੱਥੇ ਉਹਨਾਂ ਦੀ ਚਾਰਟ ਸ਼ੀਟ ਹੋਈ ਸੀਗੀ ਕਹਿੰਦੇ ਜੀ ਉਹ ਥਾਣਾ ਹੀ ਨਵਾਂ ਸੀਗਾ ਉੱਥੇ ਪਹਿਲੀ ਦੂਸਰੀ ਐਫ ਆਈ ਆਰ ਇਹ ਸੀਗੀ ਕੱਟੀ ਹੋਈ ਪਹਿਲੀ ਕਿਤੇ 2 ਸਾਲ ਪਹਿਲਾਂ ਕੱਟੀ ਸੀ ਕਿਸੇ ਦੀ ਵਕਈ ਮਸਲਾ ਤੇ ਸਿਆਸੀ ਬਦਲਾਖੋਰੀ ਦਾ ਸੀਗਾ ਪਰ ਜਾਂਦੇ ਜਾਂਦੇ ਚਲੋ ਕੰਮ ਕਰ ਗਏ ਆਪਾਂ ਕਹਿ ਲਈ ਕਿ ਚੰਨੀ ਸਾਹਿਬ ਕਰ ਗਏ ਜਾਂ ਚੰਨੀ ਸਾਹਿਬ ਤੋਂ ਕਰਾ ਲਿਆ ਕਿਉਂਕਿ ਜਿਵੇਂ ਮਜੀਠੀਆ ਸਾਹਿਬ ਨਿਕਲਦੇ ਕਹਿੰਦੇ ਆ ਵੀ ਉਹ ਤਾਂ ਹੁਣ ਲਾਭਦਾ ਨਹੀਂ ਨਾ ਉਹ 10 ਚੋਂ 13 ਚੋਂ ਨਾ ਕਿਤੇ ਉਹ ਸਪੇਰਾਂ ਚੋਂ ਨਾ ਬੇਰਾਂ ਚੋਂ ਤੇ ਉਹ ਕਹਿੰਦੇ ਵੀ ਹੁਣ ਉਹ ਚਲਾ ਗਿਆ ਤੇ ਬਈ ਨੂੰ ਹੁਣ ਲਾਦਦਾ ਨਹੀਂ ਕਹਿੰਦੇ ਵੀ ਅਸੀਂ ਹੁਣ ਕਰਕੇ ਦਿਖਾਵਾਂਗੇ ਤੁਹਾਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਦੇਖੋ ਹਾਂਜੀ ਹਾਂਜੀ ਚਲੋ ਜੇ ਉਹ ਕਰ ਦੇਣ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤੇ ਸਾਡੇ ਲੋਕਾਂ ਨੂੰ ਵੀ ਪਤਾ ਲੱਗ ਰਿਹਾ ਚਲੋ ਸਿਆਸੀ ਬਦਲਿਆਂ ਤੋਂ ਪਤਾ ਲੱਗਣਾ ਹੀ ਲੱਗਣਾ ਪਰ ਸਾਨੂੰ ਵੀ ਜ਼ਰੂਰ ਪਤਾ ਲੱਗੂਗਾ ਵੀ ਐਡਾ ਡਰੱਗ ਪੈਡਲ ਐਡਾ ਡਰੱਗ ਪੈਡਲਿੰਗ ਕਿੱਦਾਂ ਹੋਈ ਪੰਜਾਬ ਦੇ ਵਿੱਚ ਕਿੱਦਾਂ ਹੋਈ ਤੁਹਾਡੇ ਨਾਂ ਕਿੱਦਾਂ ਵਾਜਦਾ ਤੁਹਾਡੀਆਂ ਗੱਡੀਆਂ ਉਹਨਾਂ ਨੇ ਕਿੱਦਾਂ ਵਰਤ ਲਈਆਂ ਜਿੱਦਾਂ ਉਹ ਚ ਲਿਖਿਆ ਹੋਇਆ ਵੀ ਤੇ ਇਹ ਸਭ ਕੁਝ ਸਾਨੂੰ ਵੀ ਪਤਾ ਲੱਗ ਜਾਵੇ ਸਹੀ ਗੱਲ ਹੈ ਮੈਨੂੰ ਚੇਤਾ ਆਉਂਦਾ ਕਿ ਵੱਡੇ ਬਾਦਲ ਸਾਹਿਬ ਨੇ ਇੱਕ ਵਾਰੀ ਇੱਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਸੀ ਜਿੱਥੇ ਸੁਖਬੀਰ ਬਾਦਲ ਵੀ ਮੌਜੂਦ ਸੀਗੇ ਤੇ ਵਿਕਰ ਕਿ ਤੁਹਾਨੂੰ ਸਭ ਕੀਤਾ ਕਰਾ ਮਿਲ ਗਿਆ ਪਾਰਟੀ ਬਣੀ ਬਣਾਈ ਮਿਲ ਗਈ ਕਦੀ ਜੇਲ੍ਹ ਗਏ ਹੋ ਅਸੀਂ ਤੇ ਜਾ ਕੇ ਆਏ ਆ ਮੇਰਾ ਕੱਲ ਹੁਣ ਮਜੀਠੀਆ ਸਾਹਿਬ ਕਹਿ ਸਕਦੇ ਨੇ ਵੱਡੇ ਬਾਦਲ ਸਾਹਿਬ ਨੂੰ ਕਿ ਆਪਾਂ ਵੀ ਜੇਲ੍ਹ ਦਾ ਢੇਡਾ ਲਾ ਆਏ ਆ ਚਲੋ ਹੁਣ ਕਹਿ ਸਕਦੇ ਵਾ ਕਹਿ ਸਕਦੇ ਨੇ ਹੁਣ ਅੱਗੇ ਤੁਹਾਨੂੰ ਕੀ ਲੱਗਦਾ ਕਿ ਕੀ ਪੋਲਿਟੀਕਲ ਕੈਰੀਅਰ ਰਹੇਗਾ ਕਿਉਂਕਿ ਮੈਂ ਇਸਕਾ ਕਿ ਕਹਿ ਰਿਹਾ ਕਿ ਪਾਰਟੀ ਦੇ ਅੰਦਰ ਕਿਉਂਕਿ ਸਾਰੀ ਭੰਗ ਕੀਤੀ ਗਈ ਹੈ ਸੁਖਬੀਰ ਬਾਦਲ ਜੀ ਨੇ ਭੰਗ ਕੀਤਾ ਹੋਇਆ ਸਭ ਕੁਝ ਹੁੰਦਾ ਕਮੇਟੀ ਦੀ ਸਾਰੀ ਰਿਪੋਰਟ ਨੂੰ ਲੈ ਕੇ ਇਸ ਵਕਤ ਕੀ ਬੰਤਰ ਬਣੇਗੀ ਤੇ ਕੀ ਲੱਗਦਾ ਕਿ ਵਿਕਰਮ ਮਜੀਠੀਆ ਦਾ ਹੈਵੀ weight ਹੈਗੇ ਨੇ ਲੀਡਰ ਕੀ ਬਣੇਗਾ ਦੇਖੋ ਮਾਝੇ ਦਾ ਜਰਨੈਲ ਕਿਹਾ ਜਾਂਦਾ ਵਿਕਰਮ ਮਜੀਠੀਆ ਨੂੰ ਹੁਣ ਤੁਸੀਂ ਦੇਖੋ ਕਿ ਪਾਰਟੀ ਦੀਆਂ ਬਗਾਵਤੀ ਸੁਰਾਂਸ ਕਿੱਥੋਂ ਸ਼ੁਰੂ ਹੋਈਆਂ ਮਾਝੇ ਤੋਂ ਸ਼ੁਰੂ ਹੋਈਆਂ ਸੋ ਵੱਡਾ ਰੋਲ ਅਦਾ ਕਰ ਸਕਦੇ ਆ ਪੰਜਾਬ ਕਿਉਂਕਿ ਮੈਨੂੰ ਲੱਗਦਾ ਕਿ ਅੱਜ ਖਬਰਾਂ ਵੀ ਆ ਵਿੱਚ ਵਿੱਚ ਨਿਕਲਦੀਆਂ ਕਿ ਸੁਖਵੀਰ ਬਾਦਲ ਨੂੰ ਸੁੱਖ ਦਾ ਸਾਹ ਆਇਆ ਸੁੱਖ ਦਾ ਸਾਹ ਹੁੰਦਾ ਕਿ ਵਾਕਈ ਤੁਸੀਂ ਨਾ ਦੇਖੋ ਇੱਕ ਪਾਰਟੀ ਦੇ ਵਿੱਚ ਤਿੰਨ ਮੈਜਰ ਲੀਡਰ ਜ਼ਰੂਰੀ ਆ ਤਿੰਨ ਨਹੀਂ ਤਾਂ ਚਲੋ ਦੋ ਤੇ ਹੋਣ ਹੋਣ ਮਤਲਬ ਜਿਨ੍ਹਾਂ ਦੀ ਸੋਚ ਸੇਮ ਮਿਲਦੀ ਹੋਵੇ ਸੋ ਇਹ ਕਹਿੰਦੇ ਕਿ ਤੇ ਸਾਲਾ ਤੇ ਜੀਜੇ ਦੀ ਦੋਨਾਂ ਦੀ ਸੋਚ ਕਹਿੰਦੇ ਮਿਲਦੀ ਆ ਠੀਕ ਹੈ ਸੋ ਇਹ ਉਸੇ ਤਰੀਕੇ ਦੇ ਨਾਲ ਕੰਮ ਕਰਨਗੇ ਪਾਰਟੀ ਦੇ ਵਿੱਚ ਜਗਮੀਤ ਬਰਾੜ ਜਿਹੜਾ ਵੱਡਾ ਨਾਮ ਹੈ ਉਹਦੇ ਘਰ ਕੱਲ ਵੀ ਬੈਠ ਹੁੰਦੀ ਆ ਮੀਟਿੰਗ ਹੁੰਦੀ ਆ ਜਿਹਦੇ ਵਿੱਚ ਅ ਬੜੇ ਸਾਰੇ ਆਪਾਂ ਕਹਿ ਲਈਏ ਕਿ ਲੀਡਰ ਜਿਹੜੇ ਨੇ ਤਿੰਨ ਚਾਰ ਲੀਡਰ ਜਿਹੜੇ ਨਾਮ ਦੇ ਲੀਡਰ ਨੇ ਕਹਿੰਦੇ ਜੀ ਉਹ ਮੀਟਿੰਗ ਕਰਦੇ ਆ ਉਹ ਮੀਟਿੰਗ ਜਿਹੜੀ ਆ ਇਹਨਾਂ ਨੂੰ ਹੱਥ ਪੈਰਾਂ ਦੀ ਪੈ ਗਈ ਵੀ ਹੁਣ ਕਿਤੇ ਨਾ ਕਿਤੇ ਪਾਰਟੀ ਜਿਹੜੀ ਆ ਸੰਗਰੂਰ ਚੋਣਾਂ ਦੇ ਵਿੱਚ ਵੀ ਕੁਝ ਨਹੀਂ ਕਰ ਸਕੀ ਸੋ ਕਿਤੇ ਨਾ ਕਿਤੇ ਇਹ ਵੱਡੀ ਗੱਲ ਮੈਂ ਕਹਿੰਦਾ ਉਸ ਗੱਲ ਨੂੰ ਸਮਝਣਾ ਇਹ ਹੁਣ ਸੌਖਾ ਰਹੂਗਾ ਇਹਨਾਂ ਦੋਨਾਂ ਦੇ ਲਈ ਕਿਉਂਕਿ ਜਦੋਂ ਕਹਿੰਦੇ ਨਾ ਇੱਕ ਦਾ ਇੱਕ ਮੈਡਲ ਦਾ 11 ਹੋ ਜਾਂਦੇ ਆ ਲੀਡਰਸ਼ਿਪ ਨੂੰ ਬਚਾਉਣਾ ਪਾਰਟੀ ਦੀ ਇਮੇਜ ਨੂੰ ਬਚਾਉਣਾ ਤੇ ਪਾਰਟੀ ਨੂੰ ਮਜ਼ਬੂਤ ਦੁਬਾਰਾ ਤੋਂ ਮਾਜਦ ਵਿੱਚ ਕਰਨਾ ਮਿਲਦਾ ਹੈ ਇਹ ਬਿਕਰਮ ਮਜੀਠੀਆ ਕਰ ਸਕਦਾ ਨਾ ਕਿ ਹੋਰ ਕੋਈ ਦੇਖੋ ਬਾਕੀ ਸੁਰਾਂ ਵੀ ਹੈਗੀਆਂ ਨੇ ਠੀਕ ਆ ਉਹਨਾਂ ਬਾਕੀ ਸੁਰਾਂ ਨੇ ਵੀ ਕਾਫੀ ਮਾਈਲੇਜ ਲਈਤੀ ਹੋਈ ਹੈ ਔਰ ਇਸ ਵਕਤ ਕਿਉਂਕਿ ਰਾਸ਼ਟਰਪਤੀ ਦੀਆਂ ਚੋਣਾਂ ਤੱਕ ਉਹ ਵੰਗਾ ਰਿਹਾ ਹੈ ਸੋ ਬਾਕੀ ਇਸ ਗੱਲ ਦੇ ਵੀ ਬਾਗੇ ਸੋ ਰਿਹਾ ਕਿ ਸੁਖਬੀਰ ਬਾਦਲ ਪਾਰਟੀ ਪਰ ਦਾਨ ਨਹੀਂ ਰਹਿਣੇ ਚਾਹੀਦੇ ਜੋ ਤੱਕ ਇਹ ਪਾਰਟੀ ਪਰ ਦਾਨ ਨੇ ਪਾਰਟੀ ਆਪਣੇ ਉਹ ਪੰਥਗ੍ਰਹਾਂ ਤੇ ਵਾਪਸ ਨਹੀਂ ਆ ਸਕਦੀ ਜੋ ਅਸਲੀ ਤਾਕਤ ਹੈ ਸ਼੍ਰੋਮਣੀ ਅਕਾਲੀ ਦਲ ਦੇਖੋ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਮਨਪ੍ਰੀਤਿਆਲੀ ਤੇ ਹੋਰ ਬੜੇ ਸਾਰੇ ਨਾਮ ਜੰਗਮੀਤ ਬਰਾੜ ਇਹਨਾਂ ਦੀ ਇੱਕ ਹੀ ਸੋਰੀਆ ਇਹ ਹੀ ਕਹਿੰਦਾ ਵੀ ਜੇ ਪਾਰਟੀ ਦੇਖੋ ਦੋ ਵਿਧਾਨ ਸਭਾ ਚੋਣਾਂ ਚ ਨਹੀਂ ਕੁਝ ਕਰ ਸਕੀ ਫਿਰ ਉਸ ਤੋਂ ਬਾਅਦ ਰਾਜ ਸਭਾ ਚ ਆਉਣ ਦੇ ਵਿੱਚ ਨਹੀਂ ਕੋਸ਼ਿਸ਼ ਕੀਤਾ ਤੇ ਦਾ ਮਤਲਬ ਲੀਡਰਸ਼ਿਪ ਜਿਹੜੀ ਆ ਉਹਨੂੰ ਬਦਲਣ ਦੀ ਪੋਜ਼ਿਟਿਵ ਜ਼ਰੂਰਤ ਹੈ ਪਰ ਭਾਰਤ ਮੈਂ ਕਹਿੰਨਾ ਇਸ ਮਾਮਲੇ ਦੇ ਵਿੱਚ ਬੜਾ ਕਹਿ ਲਿਆ ਕਿ ਬਦਕਿਸਮਤ ਇੱਥੇ ਲੀਡਰ ਜਿਹੜੇ ਨੇ ਨਾ ਉਹ 부ਡੇ ਹੋ ਜਾਂਦੇ ਆ ਉਹਨਾਂ ਨੂੰ ਫੜ ਕੇ ਠਾ ਲਿਆ ਜਾਂਦਾ ਜਾਂ ਪਰ ਉਹ ਅਹੁਦੇ ਨਹੀਂ ਛੱਡਦੇ ਉਹ ਸਤੀਫਾ ਨਹੀਂ ਦਿੰਦੇ ਸਹੀ ਹੈ ਇਹ ਬਹੁਤ ਮੰਦ ਭਾਗੀ ਗੱਲ ਆ ਭਾਰਤ ਦੀ ਸਿਆਸਤ ਦੀ ਹੂੰ ਹੁਣ ਇਹੀ ਸਿਆਸਤ ਜਿਹੜੀ ਐ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਐ ਦੇਖੋ ਜੋ ਮਾਰਜੀ ਹੋ ਜਵੇ ਇਹਦੇ ਤੋਂ ਉਧਰ ਹੋ ਜਵੇ ਮੈਨੂੰ ਨਹੀਂ ਲੱਗਦਾ ਕਿ ਸੁਖਬੀਰ ਬਾਦਲ ਹੁਣੀ ਜਿਹੜੇ ਨੇ ਉਹ ਅਹੁਦੇ ਤੋਂ ਅਸਤੀਫਾ ਦੇਣਗੇ ਠੀਕ ਐ ਔਰ ਜੇ ਸੁਖਬੀਰ ਬਾਦਲ ਉਸ ਅਹੁਦੇ ਤੋਂ ਅਸਤੀਫਾ ਵੀ ਦੇ ਦਣ ਫਿਰ ਬਹੁਤ ਜ਼ਿਆਦਾ ਖਿਲਾਾਰੇ ਪੈ ਜਾਣਗੇ ਪਾਰਟੀ 'ਚ ਸਹੀ ਦੇਖੋ ਫਿਰ ਫਿਰ ਹਰ ਕੋਈ ਨੇ ਆਪਣੀ ਫਾਨ ਚੱਕਣੀ ਐ ਹਲੇ ਤੱਕ ਥੋੜੇ ਥੋੜੇ ਲੋਕ ਫਾਨ ਚ ਚੱਕਦੇ ਨੇ ਨਾ ਫਿਰ ਹਰ ਕੋਈ ਚੱਕਣਾ ਸ਼ੁਰੂ ਹੋ ਜਾਊਗਾ ਪਰ ਇਸ ਫੰਨ ਨੂੰ ਦੱਬਣ ਦਾ ਵੀ ਉਹਨਾਂ ਨੇ ਫੈਸਲਾ ਕਰ ਲਿਆ ਉਹ ਕਹਿੰਦੇ ਜੇ ਅਸੀਂ ਜਗਮੀਤ ਬਰਾੜ ਦੇ ਖਿਲਾਫ ਬੜੀ ਅਨੁਸ਼ਾਸਨੀ ਕਾਰਵਾਈ ਕਰਾਂਗੇ ਯਾਨੀ ਕਿ ਹੁਣ ਉਹਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਊਗਾ ਜਗਮੀਤ ਬਰਾੜ ਜਿਹੜੇ ਕਾਂਗਰਸ ਤੋਂ ਆਏ ਸੀ ਕਾਂਗਰਸ ਤੋਂ ਵੀ ਨਾਰਾਜ਼ਗੀਆਂ ਸੀ ਉਹਨਾਂ ਦੀਆਂ ਫਿਰ ਹੌਲੀ ਹੌਲੀ ਨਾਰਾਜ਼ਗੀਆਂ ਉਹਨਾਂ ਦੀਆਂ ਇੱਧਰ ਵੀ ਹੋ ਗਈਆਂ ਹਾਂਜੀ ਕਿਉਂਕਿ ਸੱਤਾ ਇਦਾਂ ਦੀ ਸ਼ੈਅ ਆ ਜਾਂ ਪੋਲਿਟਿਕਲ ਇਦਾਂ ਦੀ ਚੀਜ਼ ਆ ਜਿੱਥੇ ਤੁਸੀਂ ਜੀ ਹਜ਼ੂਰੀ ਨਹੀਂ ਨਾ ਕਰਦੇ ਜੋ ਉੱਪਰ ਵਾਲੇ ਨੂੰ ਤੇ ਤੁਹਾਡੀ ਘਾਟੇ ਕਿਸੇ ਨਾ ਬਣਦੀ ਹੁਣ ਜਗਮੀਤ ਬਰਾੜ ਦੇ ਨਾਲ ਤੇ ਇਹੀ ਹੋ ਗਿਆ ਮਨਪ੍ਰੀਤਿਆਲੀ ਨਾਲ ਵੀ ਇਹ ਹੋਊਗਾ ਪ੍ਰੋਫੈਸਰ ਚੰਦੂਦ ਮਾਜਰਾ ਦੇ ਨਾਲ ਵੀ ਇਹੀ ਹੋਣਾ ਹੈ ਉਹ ਕਹਿੰਦੇ ਜੀ ਇਹ ਤਾਂ ਸ਼ੁਰੂਆਤ ਆ ਜਗਮੀਤ ਬਰਾੜ ਤੋਂ ਅਸੀਂ ਹੌਲੀ ਹੌਲੀ ਬੜਾ ਵੱਡੀਆਂ ਕਾਰਵਾਈਆਂ ਕਰਨੀਆਂ ਸੋ ਮਤਲਬ ਕਿ ਇਨ ਲਾਈਨ ਆ ਮਨਪ੍ਰੀਤਿਆਲੀ ਵੀ ਹੈਗਾ ਦਾਖਾਂ ਤੋਂ ਪਰ ਦਾਖਾਂ ਤੋਂ ਦੇਖੋ ਦੋ ਵਾਰ ਵਿਧਾਇਕ ਰਿਹਾ ਹੁਣ ਸਾਰੀ ਪਾਰਟੀ ਤਕਰੀਬਨ ਇਹਨਾਂ ਦੀ ਹਾਰ ਗਈ ਐ ਇਸ ਵਾਰ ਵਿਧਾਨ ਸਭਾ ਦੇ ਵਿੱਚ ਮਨਪ੍ਰੀਤਿਆਲੀ ਖੜਾ ਰਿਹਾ ਮਤਲਬ ਕਿ ਉਹ ਬੰਦਾ ਕੰਮ ਕਰਦਾ ਆ ਹੁਣ ਜਿਹਨੂੰ ਦੇਖੋ ਜਿਹੜਾ ਦੂਸਰਾ ਦਿੱਤਿਆ ਲੋਕਾਂ ਨੇ ਤਾਂ ਆਪਦੇ ਬੰਦੇ ਕੋ ਕੰਮ ਕਰਾਉਣ ਆਉਣਾ ਜੇ ਉਹ ਕੰਮ ਹੀ ਨਹੀਂ ਕਿਸ ਮਨਪ੍ਰੀਤਿਆ ਵਾਲੀ ਇਹੀ ਕਹਿੰਦਾ ਬਾਰ-ਬਾਰ ਕਿ ਅਹੀਂ ਚਾਹੁੰਦੇ ਆਂ ਵੀ ਕੰਮ ਕਰੇ ਉਹ ਕਹਿੰਦਾ ਵੀ ਪਿੱਛੇ ਸਾਡੀ ਸਰਕਾਰ ਦੇ ਨਾਲ ਬੜੇ ਸਮਝੌਤੇ ਸੀਗੇ ਸਰਕਾਰ ਨੇ ਕੋਈ ਕੁੱਛ ਨਹੀਂ ਸਵਾਰਿਆ ਸਾਡਾ ਹੁਣ ਕਹਿੰਦੇ ਜੀ ਇਹਨਾਂ ਨੇ ਭਾਜਪਾ ਨੂੰ ਸਫਿਰ ਦੁਆਰਾ ਸਮਰਥਨ ਦਿੰਦੇ ਫਿਰਦੇ ਭਾਜਪਾ ਸਾਡਾ ਕੁਸਵਾਰਦੀ ਤੇ ਕੁਛ ਨਹੀਂ ਹੈਗੀ ਸਾਡੇ ਕੰਮ ਨਹੀਂ ਕਰਾਉਂਦੀ ਕਾਬਲੀਅਤ ਇੱਕ ਪਾਸੇ ਚੱਕੇ ਟੰਗ ਦਿਓ ਉਹ ਤੁਹਾਡੀ ਉਹ ਗੱਲ ਬਿਲਕੁਲ ਠੀਕ ਆ ਜੀ ਹਜ਼ੂਰੀ ਔਰ ਦੂਜਾ ਕਿਸ ਬੰਦੇ ਨੂੰ ਕਿੱਥੇ ਸਮੀਕਰਨ ਬਿਠਾਉਣੇ ਆਉਂਦੇ ਨੇ ਕਿੱਥੇ ਆਪਣੇ ਗੋਟੀਆਂ ਫਿਟ ਕਰਨੀਆਂ ਆਉਂਦੀਆਂ ਨੇ ਇਹ ਗੱਲ ਚੱਲਦੀ ਆਪਾਂ ਸਾਰੇ ਜਾਣਦੇ ਆਂ ਹੁਣ ਵਿਕਰਮ ਮਜੀਠੀਆ ਤੁਹਾਡੀ ਇਹ ਗੱਲ ਮੈਨੂੰ ਬੜੀ ਪਿਆਰੀ ਵੀ ਲੱਗੀ ਹੈ ਜਿਹੜੀ ਤੁਸੀਂ ਕਿਹਾ ਕਿ ਜੀਜੇ ਤੇ ਸਾਲੇ ਦੀ ਸੋਚ ਇੱਕੋ ਜਿਹੀ ਹੈ ਤੁਸੀਂ ਇਹ ਨਹੀਂ ਕਿਹਾ ਕਿ ਦੋਵੇਂ ਲੀਡਰਸ ਦੀ ਸੋਚ ਇੱਕੋ ਜਿਹੀ ਹੈ ਖੈਰ ਉਹਨਾਂ ਦੀ ਪ੍ਰਾਈਵੇਟ ਲਾਈਫ ਰਿਸ਼ਤੇਦਾਰੀ ਤੇ ਆਪਾਂ ਗਏ ਹਾਂ ਗੱਲ ਇਹ ਹੈ ਕਿ ਕੋਈ ਵੀ ਪਾਰਟੀ ਹੈ ਜਾਂ ਕੋਈ ਵੀ ਉਹਨਾਂ ਦੀ ਪਲੈਨਿੰਗ ਆ ਜਾਂ ਤਾਂ ਤੁਸੀਂ ਆਪਣਾ ਪਰਿਵਾਰ ਦੇਖੋ ਤੇ ਜਾਂ ਤੁਸੀਂ ਪਾਰਟੀ ਨੂੰ ਦੇਖੋ ਜਿੱਦਾਂ ਆਪਾਂ ਅਕਸਰ ਗਲਤ ਕਰਦੇ ਆ ਜਾਂ ਦੇਸ਼ ਨੂੰ ਦੇਖੋ ਤੁਸੀਂ ਕੀ ਦੇਖਣਾ ਚਾਹੁੰਦੇ ਹੋ ਜੇ ਤਾਂ ਤੁਸੀਂ ਆਪਣੇ ਹੀ ਫਾਇਦੇ ਦੇਖਣੇ ਨੇ ਆਪਣੇ ਮੁਤਾਬਿਕ ਕਿ ਮੇਰੀ ਚੌਧਰ ਕਾਇਮ ਰਵੇ ਜਿੱਦਾਂ ਮੈਂ ਚਾਹਣਾ ਉਦਾਂ ਹੀ ਚੱਲੇ ਫਿਰ ਤਾਂ ਉਦਾਂ ਚੱਲਣਾ ਚਾਹੂਗਾ ਤੁਸੀਂ ਤੇ ਪਾਰਟੀ ਉਸ ਲੀਹਾਂ ਤੇ ਨਹੀਂ ਜਾ ਸਕਦੀ ਕਿਉਂਕਿ ਜਿਹੜੀਆਂ ਤੁਸੀਂ ਪੰਥਕ ਕਮੇਟੀ ਦੀਆਂ ਗੱਲਾਂ ਕਰਦੇ ਹੋ ਪੰਥਕ ਲੀਹਾਂ ਦੀ ਗੱਲ ਕਰਦੇ ਹੋ ਉਹ ਸਿਰਫ ਗੱਲਾਂ ਨਾਲ ਨਹੀਂ ਹੁੰਦੀ ਉਹਦੀ ਸੋਚ ਵੀ ਹੋਣੀ ਚਾਹੀਦੀ ਹੈ ਮਾਈਂਡਸੈਟ ਵੀ ਹੋਣਾ ਚਾਹੀਦਾ ਨਾ ਤੁਹਾਡਾ ਉਹ ਅੰਦਰ ਦਾ ਸੁਭਾਅ ਵੀ ਤੁਹਾਡਾ ਹੋਣਾ ਚਾਹੀਦਾ ਜੇ ਤੁਹਾਡੇ ਸੁਭਾਅ ਦੇ ਵਿੱਚ ਜੇ ਸੁਖਵੀਰ ਬਾਦਲ ਜੀ ਦੇ ਸੁਭਾਅ ਦੇ ਵਿੱਚ ਉਹ ਪੰਥਕ ਦੇ ਸੰਸਕਾਰ ਨਹੀਂ ਹੈਗੇ ਉਹਨਾਂ ਦਾ ਮਾਈਂਡਸੈਟ ਉਹ ਨਹੀਂ ਹੈਗਾ ਫਿਰ ਉਹ ਗੱਲਾਂ ਕਰਨ ਨਾਲ ਤੇ ਪੰਥਕ ਕਮੇਟੀ ਨਹੀਂ ਬਣ ਸਕਦੀ ਉਦਾਂ ਦਾ ਆਗੂ ਵੀ ਤਾਂ ਚਾਹੀਦਾ ਨਾ ਉਹ ਸੋਚ ਦਾ ਮਾਲਕ ਵੀ ਤਾਂ ਚਾਹੀਦਾ ਜੋ ਸੋਚ ਦਾ ਮਾਲਕ ਹੀ ਨਹੀਂ ਹੈਗਾ ਤੇ ਉਹ ਕਿੱਥੋਂ ਬਣਨ ਲੱਗੀ ਹੈ ਗੱਲ ਇਹ ਆ ਕਿ ਜਿਹੜੀਆਂ ਗੱਲਾਂ ਕਰਦੇ ਨੇ ਕਿ ਪਾਰਟੀ ਨੂੰ ਸਟਰੋਂਗ ਕਰਨਾ ਫਿਰ ਪੰਥ ਦੀਆਂ ਰਾਹਾਂ ਤੇ ਤੋਰਨਾ ਕਿਉਂਕਿ ਖੇਤਰੀ ਪਾਰਟੀ ਆ ਪੰਜਾਬ ਦੀ ਜੋ ਸਾਡਾ 100 ਸਾਲਾਂ ਦਾ ਇਤਿਹਾਸ ਹੈ ਉਸ ਇਤਿਹਾਸ ਨੂੰ ਅਸੀਂ ਦੁਹਰਾਉਣਾ ਜਿੱਥੋਂ ਅਸੀਂ ਸ਼ੁਰੂ ਹੋਏ ਸੀ ਅਸੀਂ ਸ਼ਹੀਦੀਆਂ ਦਿੱਤੀਆਂ ਨੇ ਉਸ ਰੂਪ ਦੇ ਵਿੱਚ ਕਾਇਮ ਕਰਨਾ ਤੇ ਫਿਰ ਉਹ ਆਗੂ ਵੀ ਉਦਾਂ ਦਾ ਚਾਹੀਦਾ ਫਿਰ ਕਿਤੇ ਨਾ ਕਿਤੇ ਜਿਹੜੇ ਵਿਰੋਧੀ ਸੁਰਖ ਬਾਕੀ ਸੁਰ ਉਹ ਠੀਕ ਕਹਿੰਦੇ ਨੇ ਕਿ ਲੀਡਰਸ਼ਿਪ ਬਦਲਨੀ ਚਾਹੀਦੀ ਹੈ ਔਰ ਉਸ ਲੀਡਰ ਨੂੰ ਅੱਗੇ ਲੈ ਕੇ ਆਓ ਜਿਹੜਾ ਵਾਕਈ ਉਸ ਸੋਚ ਦਾ ਮਾਲਕ ਹੈ ਜੀ ਜੇ ਉਹ ਸੋਚ ਦਾ ਮਾਲਕ ਨਹੀਂ ਜੇ ਸੁਖਬੀਰ ਬਾਦਰੋ ਸੋਚ ਦੇ ਮਾਲਕ ਨਹੀਂ ਵਿਕਰਮ ਮਜੀਠੀਆ ਉਸ ਸੋਚ ਦੇ ਮਾਲਕ ਨਹੀਂ ਕਿਉਂਕਿ ਜੇ ਸੁਖਬੀਰ ਬਾਦਲ ਪ੍ਰਧਾਨ ਨੇ ਤਾਂ ਵਿਕਰਮ ਮਜੀਠੀਆ ਵੀ ਪ੍ਰਧਾਨ ਹੀ ਨੇ ਉਹ ਕੋਈ ਉਪ ਪ੍ਰਧਾਨ ਨਹੀਂ ਹੈਗੇ ਇਕੋ ਵੱਲ ਨੇ ਭਾਵੇਂ ਕਹਿਣ ਨੂੰ ਉਪ ਪ੍ਰਧਾਨ ਹੋ ਸਕਦੇ ਨੇ ਬਟ ਬੋਥ ਆਰ ਦਾ ਸੇਮ ਇਸ ਕਰਕੇ ਜੇ ਦੋਵਾਂ ਦੀ ਸੋਚ ਪੰਥ ਦੀ ਸੋਚ ਨਹੀਂ ਹੈ ਤਾਂ ਇਹ ਗੱਲ ਭੁੱਲ ਜਾਈਏ ਕਦੀ ਵੀ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਰਾਹ ਤੇ ਤੁਰ ਸਕਦਾ ਕਿਉਂਕਿ ਦੋਵਾਂ ਦੀ ਸੋਚ ਜੇ ਨਹੀਂ ਹੈਗੀ ਪੰਥ ਦੀ ਸੋਚ ਪਰ ਜੇ ਸੋਚ ਵਾਲਾ ਬੰਦਾ ਲੈ ਕੇ ਆਉਣਾ ਹੁਣ ਇਹਦੇ ਵਿੱਚੋਂ ਚੁਣਨਾ ਪਏਗਾ ਕਿ ਤੁਸੀਂ ਪੰਥ ਦੀਆਂ ਲੀਹਾਂ ਤੇ ਜਾਣਾ ਹੈ ਜਾਂ ਫਿਰ ਜਿਹੜੀ ਇਹ ਮਾਡਰਨ ਲੀਡਰਸ਼ਿਪ ਹੈ ਉਹਦੇ ਮੁਤਾਬਿਕ ਚੱਲਣਾ ਫਿਰ ਉਹਦੇ ਮੁਤਾਬਿਕ ਹੀ ਪਬਲਿਕ ਨੇ ਐਕਸੈਪਟ ਕਰਨਾ ਜੀ ਜਿਵੇਂ ਅੱਜ ਪਬਲਿਕ ਨੇ ਰਿਜੈਕਟ ਕੀਤਾ ਅੱਗੇ ਵੀ ਰਿਜੈਕਟ ਹੀ ਕਰੇਗੀ ਜੇ ਤੁਸੀਂ ਪੁਰਾਣੀਆਂ ਲੀਹਾਂ ਤੇ ਤੁਰोगे ਕਿਉਂਕਿ ਆ ਜਿਵੇਂ ਆਪਾਂ ਕਹਿੰਦੇ ਨੇ ਨਾ 올ਡ ਵਾਈਨ ਨਿਊ ਬੋਟਲ ਨਵੀਂ ਬੋਤਲ ਦੇ ਵਿੱਚ ਜੇ ਪੁਰਾਣੀ ਤੁਸੀਂ ਸ਼ਰਾਬ ਪਾ ਦਿਓਗੇ ਲੋਕਾਂ ਨੂੰ ਪਤਾ ਹੈ ਲੋਕੀ ਕਿਹੜਾ ਬੇਵਕੂਫ ਨੇ ਉਹਨਾਂ ਨੂੰ ਪਤਾ ਕਿ ਕੀ ਹੋਣ ਜਾ ਰਿਹਾ ਉਹਨਾਂ ਨੇ ਕਹਿੰਦਾ ਸਭ ਕੁਝ ਉਹੀ ਹੋਏਗਾ ਜੋ ਪਹਿਲਾਂ ਹੁੰਦਾ ਰਿਹਾ ਨਾਂ ਬਦਲ ਦਿੱਤਾ ਸਟਰਕਚਰ ਬਦਲ ਦਿੱਤਾ ਲੇਕਿਨ ਬੰਦੇ ਤਾਂ ਉਹੀ ਨੇ ਨਾ ਤੇ ਬੰਦਿਆਂ ਨੇ ਉਹੀ ਕਰਨਾ ਜੋ ਉਹਨਾਂ ਦੇ ਸੁਭਾਅ ਨੇ ਤੇ ਇਸ ਕਰਕੇ ਜੇ ਨਵੀਂ ਚੀਜ਼ ਚਾਹੀਦੀ ਤਾਂ ਨਵੇਂ ਬੰਦੇ ਲਿਆਉਣੇ ਪੈਣਗੇ ਪੁਰਾਣੇ ਬੰਦੇ ਪੁਰਾਣੀ ਸਟਰੈਟਜੀ ਪੁਰਾਣੇ ਨਿਯਮ ਨਾਲ ਨਵੇਂ ਰਿਜ਼ਲਟ ਕਦੀ ਨਹੀਂ ਆ ਸਕਦੇ ਵਾਕੇ ਥੋੜੀ ਗੱਲ ਤੇ ਬੜੀ ਦਰੂਸਤ ਹੈ ਅੱਛਾ ਅੱਗੇ ਕੋਈ ਹੋਰ ਖਬਰ ਦੱਸੋ ਹੁਣ ਇਹ ਤਾਂ ਬਹੁਤ ਡਿਸਕਸ ਕਰਦੇ ਅੱਗੇ ਵਰਡ ਨਿਊਜ਼ ਮੈਨੂੰ ਬੜੀ ਅੱਛੀ ਲੱਗੀ ਸੀ ਇੱਕ ਮੈਕਸੀਕੋ ਦੇ ਜਿਹੜੇ ਰਾਸ਼ਟਰਪਤੀ ਨੇ ਆਂਦਰੇਸ ਮੈਨੂਅਲ ਹੂੰ ਉਹਨਾਂ ਨੇ ਇੱਕ ਪ੍ਰਸਤਾਵ ਲਿਖਿਆ ਉਹ ਲਿਖਣਾ ਚਾਹੁੰਦੇ ਨੇ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਜੀ ਉਹ ਪ੍ਰਸਤਾਵ ਇਹ ਦੇਣਾ ਚਾਹੁੰਦੇ ਨੇ ਵਿਸ਼ਵ ਸ਼ਾਂਤੀ ਵਾਸਤੇ ਹੂੰ ਉਹ ਕਹਿੰਦੇ ਕਿ ਉਹਨਾਂ ਵਿਸ਼ਵ ਸ਼ਾਂਤੀ ਇੱਕ ਕਮਿਸ਼ਨ ਬਣਾਇਆ ਜਾਵੇ ਇਹ ਕਿ ਯੂਕਰੇਨ ਦੇ ਨਾਲ ਜਿਹੜਾ ਯੁੱਧ ਚੱਲ ਰਿਹਾ ਰਸ਼ੀਆ ਦਾ ਤਾਈਵਾਨ ਨਾਲ ਬਣਿਆ ਹੋਇਆ ਪਹਿਲਾਂ ਵੀ ਦੋ ਵਿਸ਼ਵ ਯੁੱਧ ਛੋਟੇ ਛੋਟੇ ਬਹੁਤ ਯੁੱਧ ਯੁੱਦੀ ਯੁੱਧ ਦੇਖਦੇ ਪਏ ਆ ਹਿਸਟਰੀ ਚੁੱਕ ਲੋ ਸ਼ਾਇਦ ਹੀ ਕੋਈ ਅਜਿਹਾ ਸਾਲ ਹੋਵੇਗਾ ਜਦੋਂ ਯੁੱਧ ਨਹੀਂ ਹੋਏ ਜਾਂ ਕਿਸੇ ਦੇਸ਼ ਦੇ ਵਿੱਚ ਕੋਈ ਡਿਸਟਰਬੈਂਸ ਨਹੀਂ ਹੋਈ ਜਾਂ ਇਕਨੋਮਿਕ ਵਾਰ ਨਹੀਂ ਹੋਈ ਜਿਹੜੇ ਆਪਾਂ ਸ਼੍ਰੀਲੰਕਾ ਵੀ ਦੇਖਦੇ ਆ ਇਹਦੇ ਪਿੱਛੇ ਵੀ ਯੁੱਧ ਦੀ ਮਨਸ਼ਾ ਇੱਕ ਦੇਸ਼ ਨੂੰ ਦੂਜਾ ਦੇਸ਼ ਕਿਵੇਂ ਬਰਬਾਦ ਕਰਦਾ ਇਕਨੋਮਿਕਲੀ ਜਿਵੇਂ ਚਾਈਨਾ ਨੇ ਕੀਤਾ ਹੈ ਸ਼੍ਰੀਲੰਕਾ ਨੂੰ ਉਹਦੇ ਪਿੱਛੇ ਵੀ ਯੁੱਧ ਦੀ ਮਨਸ਼ਾ ਹੈ ਸੋ ਇਹ ਸਾਰੀ ਜੋ ਸਥਿਤੀ ਹੈ ਇਹ ਵਿਸ਼ਵ ਸ਼ਾਂਤੀ ਵਾਸਤੇ ਕਿਦਾਂ ਕਿ ਨਾ ਇਕਨੋਮਿਕ ਵਾਰ ਹੋਵੇ ਨਾ ਹਥਿਆਰਾਂ ਦੀ ਵਾਰ ਹੋਵੇ ਨਾ ਕੋਈ ਪੋਲੀਟੀਕਲ ਵਾਰ ਹੋਵੇ ਹਰ ਪਾਸੇ ਵਿਸ਼ਵ ਸ਼ਾਂਤੀ ਹੋਵੇ ਕਿਉਂਕਿ ਸ਼ਾਂਤੀ ਦੇ ਵਿੱਚ ਹੀ ਵਿਕਾਸ ਹੋ ਸਕਦਾ ਹੈ ਵਿਸ਼ਵ ਭਾਈਚਾਰਾ ਤਾਂ ਹੀ ਵਿਕਾਸ ਕਰ ਸਕਦਾ ਕਿਉਂਕਿ ਜੇ ਸ਼ਾਂਤੀ ਨਹੀਂ ਤਾਂ ਆਰਥਿਕ ਮੰਦੀ ਹੋਏਗੀ ਗਰੀਬੀ ਵੀ ਹੋਏਗੀ ਇਨਸਾਨੀ ਜਾਨਾਂ ਵੀ ਜਾਣਗੀਆਂ ਉਹਨਾਂ ਨੇ ਇੱਕ ਹੋਰ ਪੁਆਇੰਟ ਦਿੱਤਾ ਸੀ ਆਰਥਿਕ ਸੰਕਟ ਮਹਿੰਗਾਈ ਗਰੀਬੀ ਭੋਜਨ ਦੀ ਕਮੀ ਕੁਪਮਰੀ ਬਹੁਤ ਸੁਣੀ ਗੱਲ ਆ ਯੂਨ ਬਣਿਆ ਇਸ ਕਰਕੇ ਸੀਗਾ ਕਿ ਦੁਨੀਆ ਦੇ ਵਿੱਚ ਸ਼ਾਂਤੀ ਲਿਆਉਣ ਪਰ ਸਾਨੂੰ ਪਤਾ ਯੂਨ ਕਿਸ ਕੰਮ ਲਈ ਕਿਸ ਕਿਸੇ ਦੇ ਕੰਮ ਕਰਦਾ ਕਿਹਦੇ ਪ੍ਰੋਵ ਆ ਉਹ ਪਹਿਲਾਂ ਲੀਗ ਆਫ ਨੇਸ਼ਨਸ ਆਇਆ ਸੀ ਉਹ ਫੇਲ ਹੋ ਗਿਆ ਫਿਰ ਉਹ ਕਹਿੰਦੇ ਨੇ ਲੀਗ ਆਫ ਨੇਸ਼ਨਸ ਨੂੰ ਨਵਾਂ ਰੂਪ ਦੇ ਦਿੱਤਾ ਯੂਨ ਉਹ ਜਿਵੇਂ ਆਪਾਂ ਹੁਣੇ ਕੀਤੀ ਹੈ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਲੇਕਿਨ ਨਵਾਂ ਰੂਪ ਦੇ ਦਿਓ ਪਰ ਗੱਲ ਤਾਂ ਵਿੱਚੋ ਗੱਲ ਪੁਰਾਣੀ ਹੈ ਉਵੇਂ ਹੀ ਇਹ ਯੂਨ ਨਾ ਪਰ ਲੀਗ ਆਫ ਨੇਸ਼ਨਸ ਉਹੀ ਪੁਰਾਣਾ ਅੱਛਾ ਇਹ ਇਹ ਕੰਮ ਸਿਰਫ ਐਸਲੀ ਬਣਾਇਆ ਸੀ ਪਰ ਕਹਿੰਦੇ ਨੇ ਵੀ ਅਮਰੀਕਾ ਦਾ ਧੰਦਾ ਜਿਹੜਾ ਹਥਿਆਰਾਂ ਨੂੰ ਲੈ ਕੇ ਉਹ ਬਹੁਤ ਬਦਗਣਾ ਤਿੱਗਣਾ ਚੌਗਣਾ ਆ ਉਹ ਵੀ ਤਾਂ ਕਿਤੇ ਚੱਲਦਾ ਰਹਿਣਾ ਚਾਹੀਦਾ ਨਾ ਸੋ ਇਸ ਕਰਕੇ ਅਮਰੀਕਾ ਚਾਹੁੰਦਾ ਸੀ ਵੀ ਕਿਤੇ ਸ਼ਾਂਤੀ ਨਾ ਹੋਵੇ ਮੈਂ ਕਿੰਨਾ ਵੀ ਸਭ ਕੁਝ ਪਰਤੱਖਾ ਜਿਨ੍ਹਾਂ ਦੇ ਕੋਲ ਵੀਟੋ ਪਾਵਰ ਪਤਾ ਉਹ ਗੱਲ ਕੀ ਆ ਖੜੇ ਦਾ ਖਾਲਸਾ ਜੇ ਤੁਹਾਡੀ ਇਕਨੋਮੀ ਸਟਰੋਂਗ ਆ ਤੁਹਾਡੇ ਕੋਲੇ ਪਾਵਰ ਆ ਤਾਂ ਤੁਸੀਂ ਕਿਸੇ ਦਿਨ ਨਹੀਂ ਸੁਣਦੇ ਕਿਸੇ ਯੂਨ ਦੇ ਨਹੀਂ ਸੁਣਦੇ ਕਦੀ ਕਿਸੇ ਦੇ ਇਹੀ ਤਾਂ ਅਮਰੀਕਾ ਕਰ ਰਿਹਾ ਇਹੀ ਚਾਈਨਾ ਕਰ ਰਿਹਾ ਇਹੀ ਰਸ਼ੀਆ ਕਰ ਰਿਹਾ ਵੈਸੇ ਤਾਂ ਜੇ ਅਸੀਂ ਇੰਟਰਨੈਸ਼ਨਲ ਲਾਅ ਦੀ ਗੱਲ ਕੀਤੀ ਜਾਵੇ ਤਾਂ ਯੁੱਧ ਕਿਤੇ ਹੈ ਨਹੀਂ ਉਸ ਤੋਂ ਬਾਅਦ ਜੇ ਸੋਨੇ ਦੇ ਸੁਹਾਗਾ ਪੱਕੇ ਮਜੌਂਗ ਦੀ ਗੱਲ ਕਰ ਲਈਏ ਉਹ ਜਦੋਂ ਮਰਜ਼ੀ ਡਰਾ ਦਿੰਦਾ ਜੀ ਭੰਮ ਪਰਮਾਣੂ ਹਥਿਆਰ ਲਿਆਉਣਾ ਪਰਮਾਣੂ ਹਥਿਆਰ ਨੇ ਆਉਣਾ ਹਾਲਾਂਕਿ ਇਹ ਸਾਰਾ ਕੁਝ ਤੇ ਫਿਰ ਸ਼ਾਂਤੀ ਨਾਲ ਵੱਧ ਨਹੀਂ ਸਕਦਾ ਨਾ ਜਦੋਂ ਤੱਕ ਤੁਸੀਂ ਜਾਂ ਤਾਂ ਸਾਰੇ ਬਰਾਬਰ ਹੋਣ ਨਹੀਂ ਤਾਂ ਫਿਰ ਇਹ ਦਸਤੂਰ ਹੈ ਸਾਈਕੋਲੋਜੀਆ ਹਿਊਮਨ ਦੀ ਕਿ ਜਿਹੜਾ ਜਿੱਥੇ ਉਹਨੂੰ ਦੇਖਿਆ ਵੀ ਮੇਰੇ ਤੋਂ ਨੀਵਾ ਆ ਮੇਰੇ ਤੋਂ ਕਮਜ਼ੋਰ ਆ ਉਹਨੇ ਟਾਉਣ ਨੂੰ ਕਰਨਾ ਹੀ ਕਰਨਾ ਹੁਣ ਆਪਾਂ ਗੱਲ ਕਰ ਲਈਏ ਵੀ ਅਸੀਂ ਕਹਿੰਦੇ ਆ ਵੀ ਜਿੱਦਾਂ ਜਿਨ੍ਹਾਂ ਨੇ ਪੰਜਾਬ ਦੇ ਉੱਤੇ ਜਾਂ ਭਾਰਤ ਦੇ ਉੱਤੇ ਹਮਲਾ ਕੀਤਾ ਸੀ ਭਾਰਤ ਨੇ ਆਜਿਹਾ ਕਿਹਾ ਵੀ ਉਹਨਾਂ ਨੂੰ ਬਲੈਕਲਿਸਟ ਕਰ ਦੇਣਾ ਚਾਹੀਦਾ ਉਹ ਦੁਨੀਆਂ ਦੇ ਕਿਸੇ ਵੀ ਕੋਰਨਰ ਚ ਜਾ ਕੇ ਐਸ਼ਵਰ ਦੀ ਜ਼ਿੰਦਗੀ ਜੀਉਂਦੇ ਸਾਨੂੰ ਪਤਾ ਸਾਡੇ ਮਸੂਦ ਹੋਣੇ ਜਿਹੜੇ ਸਾਡੇ ਤੇ ਹਮਲਾ ਕਰਕੇ ਗਏ ਸੀ ਕੈਨੇਡਾ ਅਮਰੀਕਾ ਐਸ਼ ਤੇ ਆ ਜੰਦੀਆਂ ਜਿੰਦੇ ਰਹੇ ਐਗਜ਼ੈਕਟਲੀ ਤੇ ਉਹ ਅਸੀਂ ਚਾਹੁੰਦੇ ਰਹੇ ਕਿ ਉਹ ਉਹਨਾਂ ਨੂੰ ਬਲੈਕਲਿਸਟ ਕਰਿਆ ਜਾਵੇ ਤਾਂ ਜੋ ਸਾਰੀ ਦੁਨੀਆਂ ਦੇ ਵਿੱਚ ਉਹਨਾਂ ਨੂੰ ਕਿੱਥੇ ਫੜ ਲਵੇ ਤੇ ਬਲੈਕਲਿਸਟ ਹੋਣ ਉਹ ਚਾਈਨਾ ਕਹਿੰਦਾ ਜੀ ਨਹੀਂ ਮੈਂ ਨਹੀਂ ਬਲੈਕਲਿਸਟ ਕਰਉਣਾ ਕਿਉਂਕਿ ਚਾਈਨਾ ਦੇ ਆਪਣੇ ਪੋਲਿਟੀਕਲ ਫਾਇਦੇ ਆ ਪਾਕਿਸਤਾਨ ਦੇ ਨਾਲੋਂ ਇਹ ਚੀਜ਼ਾਂ ਇਹ ਜਿੱਦਾਂ ਚੱਲਦਾ ਪਿਆ ਹੁਣ ਬੀਟੋ ਪਾਵਰ ਜਿਹੜੀ ਹੈ ਕੋਲੇਆ ਉਚਾਈਆਂ ਦੇ ਕੋਲ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਜਤਿੰਦਰ ਜੀ ਹੁਣ ਦੇਖੋ ਜਦੋਂ ਆਪਾਂ এনवायरमेंट ਦੀ ਗੱਲ ਕਰਦੇ ਆ ਤਾਂ ਵੱਡੇ ਵੱਡੇ ਮੁਲਕ ਇਕੱਠੇ ਹੁੰਦੇ ਨੇ ਕਿ ਦੁਨੀਆ ਦਾ এনवायरमेंट ਖਰਾਬ ਹੋ ਰਿਹਾ ਹੈ ओजोन लेयर ਫਟ ਰਹੀ ਆ ਸਾਨੂੰ ਵਾਤਾਵਰਣ ਦਾ ਖਿਆਲ ਰੱਖਣਾ ਚਾਹੀਦਾ ਔਰ ਜਿਹੜੀਆਂ ਜਿਹੜੀਆਂ ਇੰਡਸਟਰੀਆਂ ਵਾਤਾਵਰਣ ਨੂੰ ਖਰਾਬ ਕਰਦੀਆਂ ਨੇ ਉਹ ਇੰਡਸਟਰੀਆਂ ਰੁਕਣੀਆਂ ਚਾਹੀਦੀਆਂ ਨੇ ਤਰ੍ਹਾਂ ਤਰ੍ਹਾਂ ਦੇ ਇਮੋਸ਼ਨਲ ਲੈਕਚਰਸ ਵੱਡੇ ਵੱਡੀਆਂ ਗੱਲਾਂ ਪਬਲਿਸਿਟੀ ਐਂਡ 올 ਥੈਟ ਉਸ ਤੋਂ ਬਾਅਦ ਜਦੋਂ ਨਤੀਜਾ ਆਉਂਦਾ ਸਾਰੇ ਪਿੱਛੇ ਹਟ ਜਾਂਦੇ ਨੇ ਕਿਉਂਕਿ ਉਸ ਤੋਂ ਬਾਅਦ ਤੁਸੀਂ ਨਤੀਜਾ ਨਹੀਂ ਉਸ ਤੋਂ ਬਾਅਦ ਤੁਸੀਂ ਦੂਸਰੇ ਦਿਨ ਅਖਬਾਰ ਛੁਣਨੇ ਹੁੰਦੀ ਵੀ ਸੈਨ ਫ੍ਰਾਂਸਿਸਕੋ ਤੋਂ ਫਲਾਣੇ ਤੋਂ ਜਿਹੜੀਆਂ ਫਲਾਈਟਾਂ ਨੇ ਡੋਮੈਸਟਿਕ ਫਲਾਈਟਾਂ ਵਧਾ ਦਿੱਤੀਆਂ ਸਭ ਤੋਂ ਜ਼ਿਆਦਾ ਨੁਕਸਾਨ ਹੁੰਦਾ ਉਹਨਾਂ ਡੋਮੈਸਟਿਕ ਫਲਾਈਟਾਂ ਦਾ ਪਹਿਲਾਂ ਵੀ ਤੇ ਲੋਕੀ ਟ੍ਰੈਵਲ ਕਰਦੇ ਸੀ ਸਗੋਂ ਇਹ ਫਲਾਈਟਸ ਨੂੰ ਕੱਟ ਕਰ ਦੇਣਾ ਚਾਹੀਦਾ ਆ ਤਾਂ ਦੋ এনवायरमेंट ਨੂੰ ਕਿਸੇ ਪੱਖੋਂ ਤਾਂ ਬਚਾਇਆ ਜਾ ਸਕਦਾ ਬਿਲਕੁਲ ਜੀ ਜਦੋਂ ਤੱਕ ਆਪਣਾ ਬਾਟਮ ਲਾਈਨ ਪ੍ਰੋਫਿਟ ਰਹੇਗਾ ਔਰ ਸਾਬਦਾ ਸੋਚ bizness ਫੋਕਸ ਰਹੇਗਾ ਉਦੋਂ ਤੱਕ ਨਾ এনवायरमेंट ਦਿਖਣੀ ਹੈ ਨਾ ਵਿਸ਼ਵ ਸ਼ਾਂਤੀ ਦਿਖਣੀ ਹੈ ਬਲਕਿ UNO ਜਦੋਂ ਬਣਿਆ ਹੀ ਹੋਇਆ ਤੇ ਕਮਿਸ਼ਨ ਬਣਾ ਕੇ ਕੀ ਕਰੇ ਠੀਕ ਹੈ ਇਹੀ ਕਮਿਸ਼ਨ ਹੈ ਇੱਕ ਕਮਿਸ਼ਨ ਹੀ ਬelhāl ਚਲੋ ਅਹੀ ਚੱਲਦੇ ਆਂ ਔਰ ਵਿਸ਼ਵ ਸ਼ਾਂਤੀ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਨੁਕਸਾਨ ਦੋ ਮੁਲਕਾਂ ਦਾ ਨਹੀਂ بڑے ਰਿਸ਼ਤਿਆਂ ਦਾ ਹੁੰਦਾ ਹੈ ਇਦਾਂ ਹੀ ਤੁਸੀਂ ਦੇਖਦੇ ਰਹੋ ਪੰਜਾਬ ਮੇਲ ਯੂਐਸਏ ਟੀਵੀ ਮੈਂ ਤਾਂ ਸੰਜੀਪ ਜੀ ਚੱਲਦੇ ਆ ਅੱਜ ਰੱਖੜੀ ਆ ਅਸੀਂ ਵੀ ਜਾ ਕੇ ਤਿਉਹਾਰ ਮਨਾਉਣਾ ਆ ਨਾਲੇ 15 ਅਗਸਤ ਦੀਆਂ ਤਿਆਰੀਆਂ ਵੀ ਚੱਲਦੀਆਂ ਪਈਆਂ ਸਾਡਾ ਆਜ਼ਾਦੀ ਦਿਵਸ ਆ ਰਿਹਾ ਭਾਗ ਦਾ ਵਾਕੇ ਵਾਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ